अपना पंजाब ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਹਾਜ਼ਰ ਹੋਏ ਆ ਜੀ ਅੱਜ ਦੇ ਮੁੱਦੇ ਲੈ ਕੇ ਅੱਜ ਮੇਰੇ ਨਾਲ ਹਾਜ਼ਰ ਨੇ ਆਮ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਸਰਦਾਰ ਇੰਦਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਜੀ ਮਿਹਰਬਾਨੀ ਮਿਹਰਬਾਨੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਦੋਸਤਾਂ ਜਿਉਂਕੇ ਮੁੱਦਿਆਂ ਦਾ ਮਤਲਬ ਹੀ ਇਹ ਹੁੰਦਾ ਵੀ ਜੋ ਘਟਨਾਵਾਂ ਆਪਣੇ ਦੇਸ਼ 'ਚ ਘਟ ਰਹੀਆਂ ਹੁੰਦੀਆਂ ਸੰਸਾਰ ਦੇ ਆਲੇ-ਦੁਆਲੇ ਘਟ ਰਹੀਆਂ ਹੁੰਦੀਆਂ ਕਰੰਟ ਉਹਨਾਂ ਬਾਰੇ ਚਰਚਾ ਕੀਤੀ ਜਾਵੇ ਅੱਜ ਅਸੀਂ ਕੋਈ ਫਿਰ ਹਿੰਦੁਸਤਾਨ ਦੀ ਕੁੰਭਾ ਦੀ ਗੋਸ਼ੀ ਕਰਾਂਗੇ ਕਿਉਂਕਿ ਅਜੇ ਉੱਥੇ ਹਾਲਾਤ ਇਦਾਂ ਦੇ ਨੇ ਅਜੀਬੋ-ਗਰੀ ਬਣੇ ਨੇ ਸੋਚਿਆ ਤੇ ਕੁਝ ਹੋਰ ਸੀ ਕਿ ਮੁਲਕ ਜਿਹੜਾ ਸ਼ਾਂਤ ਮੁਲਕ ਹੈ ਸੈਕੂਲਰ ਮੁਲਕ ਹੈ ਉਹ ਆਰਥਿਕ ਤੌਰ 'ਤੇ ਵਧੇਗਾ ਤੇ ਚੰਗੀਆਂ-ਚੰਗੀਆਂ ਖਬਰਾਂ ਆਇਆ ਕਰਨਗੀਆਂ ਲੇਕਿਨ ਰੋਇਤ ਨਵੀਂ ਇਹ ਸ਼ਿਵ ਰੋਇਤ ਰੋਇਤ ਨਵਾਂ ਮੁੱਦਾ ਉੱਪਰ ਕੇ ਸਾਹਮਣੇ ਬਾਹਰ ਆ ਜਾਂਦਾ ਤੇ ਉਹਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵਿਚਾਰ ਰੱਖਣ ਦੀ ਤੇ ਰੈਡੀ ਜੀ ਹਾਂਜੀ ਸਰਦਪੀਰ ਸਿੰਘ ਜੀ ਹਾਂਜੀ ਹਾਂਜੀ ਸਰਦਪੀਰ ਸਿੰਘ ਜੀ ਜਿਹੜਾ ਚੱਲੰਦਿਆ ਐ ਐਨਪੀਆਰ ਦਾ ਮੁੱਦਾ ਤੇ ਬੜਾ ਇੱਕ ਜਿਹੜਾ ਸਿੜੀਆਂ ਬਿਲ ਐਕਟ ਬਿਲ ਦਾ ਐਕਟ ਬਣਾਇਆ ਇਹਨਾਂ ਨੇ ਅਮੈਂਡਮੈਂਟ ਉਹ ਜੇ ਲਾਗੂ ਵੀ ਨਹੀਂ ਹੋਇਆ ਅਜੇ ਕਿਤਾ ਇੰਪਲੀਮੈਂਟੇਸ਼ਨ ਕਰਨ ਦੀ ਮਨਜ਼ੂਰੀ ਜੂ ਮਿਲ ਗਈ ਪਾਸ ਹੋ ਗਿਆ ਤੇ ਸਾਡੇ ਜਿਹੜੇ ਚੀ ਮਿਸਟਰ ਸਾਹਿਬ ਨੇ ਇਥੋਂ ਦੇ ਉੱਤਰ ਪ੍ਰਦੇਸ਼ ਦੇ ਦਿੱਤਿਆ ਨਾਸ ਜੀ ਜੋਗੀ ਜੀ ਉਹ ਬੜੇ ਦਬਕੇ ਮਾਰ ਰਹੇ ਲੋਕਾਂ ਨੂੰ ਕਿ ਜਿਹੜਾ ਅਸੀਂ ਕਾਨੂੰਨ ਪਾਸ ਕਰਤਾ ਅਗਰ ਉਹਦੀ ਕੋਈ ਵਿਰੋਧਤਾ ਕਰੇਗਾ ਤੇ ਉਹਦੇ ਤੇ ਅਸੀਂ ਕੇਸ ਪਾਵਾਂਗੇ ਤੇ ਜੇਲਾਂ ਹੀ ਤੁਨਾਂਗੇ ਔਰ ਕਿਉਂਕਿ ਹਿੰਦੁਸਤਾਨ ਦੇ ਮੇਰਾ ਖਿਆਲ 200 ਜਗ੍ਹਾ ਦੁੱਤੇ ਧਰਨੇ ਦੇ ਮਜਾਰੇ ਹੋ ਰਹੇ ਆ ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਮੋਸਟਲੀ ਧਰਨਿਆਂ ਦੇ ਵਿੱਚ ਲੇਡੀਜ਼ ਬਾਰ ਜਾਂ ਯੂਥ ਜਿਹੜਾ ਆ ਉਹ ਬਾਹਰ ਆ ਰਿਹਾ ਹੈ ਇਹ ਜਿਹੜੇ ਦਬਕੇ ਮਾਰ ਰਹੇ ਨੇ ਮੋਦੀ ਸਾਹਿਬ ਆਪਣੇ ਸੌਰੀ ਅਦਿੱਤਿਆ ਰਾਜ ਜੀ ਇਹਨਾਂ ਦਾ ਕੀ ਮਕਸਦ ਹੈ ਵੀ ਜੇਲ੍ਹਾਂ ਹੀ ਦੇ ਦਾਂਗੇ ਅਸੀਂ ਕੀ ਡੈਮੋਕਰੈਟਿਕ ਕੰਟਰੀ ਦੇ ਵਿੱਚ ਤੁਸੀਂ ਮੁਜ਼ਾਹਰਾ ਨਹੀਂ ਕਰ ਸਕਦੇ ਆਪਣੇ ਹੱਕਾਂ ਵਾਸਤੇ ਤੁਸੀਂ ਪ੍ਰੋਸੈਸ਼ਨ ਜਾਂ ਧਰਨੇ ਨਹੀਂ ਦੇ ਸਕਦੇ ਕਿਉਂਕਿ ਇਹ ਵੀ ਉਸੇ ਪਰੋਸੈਸ ਜੋਂ ਨਿਕਲ ਕੇ ਆਏ ਨਹੀਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਜੀ ਦੇਖੋ ਜੀ ਜਿਹੜੀ ਗੱਲ ਤੁਸੀਂ ਯੂਪੀ ਦੇ ਸੀਐਮ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਇਹ ਕਹਿਆ ਵੀ ਜਿਹੜਾ ਵੀ ਬੰਦਾ ਵਿਰੋਧਤਾ ਕਰੇਗਾ ਅਸੀਂ ਉਹਨਾਂ ਨੂੰ ਜੇਲ੍ਹ 'ਚ ਭੇਜ ਦਾਂਗੇ ਉਹ ਮੋਸਟ ਲਾਈਕਲੀ ਜਿਹੜਾ ਹੈਗਾ ਸਿਡੀਸ਼ਨ ਲਾਅ ਦੀ ਗੱਲ ਕਰ ਰਹੇ ਆ ਹੂੰ ਹੂੰ ਉਹਦੇ ਬਾਰੇ ਹੋਣਾ ਬਾਅਦ ਵਿੱਚ ਲੇਕਿਨ ਤੁਸੀਂ ਇਹਦੇ ਬਾਰੇ ਸੁਣ ਵੀ ਇਹ ਕੀ ਚਾਹੁੰਦੇ ਕੀ ਕਰਦੇ ਕੀ ਹੈ ਦੇਖੋ ਮੇਰਾ ਖਿਆਲ ਹੈ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈਗੀ ਆ ਕਿ ਜਿਹੜਾ ਲੋਕਾਂ ਨੂੰ ਦੱਸਿਆ ਜਾਏ ਕਿ ਸਾਡੇ ਕੋਲ ਐਬਸੋਲਿਊਟ ਅਥਾਰਟੀ ਹੈਗੀ ਆ ਕਿ ਜੇ ਤੁਸੀਂ ਸਰਕਾਰ ਦਾ ਕਾਇਦਾ ਕਾਨੂੰਨ ਨਹੀਂ ਪਾਲਣਾ ਕਰੋਗੇ ਤਾਂ ਅਸੀਂ ਜਿਹੜਾ ਹੈਗਾ ਤੁਹਾਨੂੰ ਸਲਾਖਾਂ ਦੇ ਪਿੱਛੇ ਛੁੱਟਦੇ ਆਂਗੇ ਹਾਲਾਂਕਿ ਜਿਹੜਾ ਡੈਮੋਕਰੈਟਿਕ ਸਿਸਟਮ ਹੈ ਇਹਦੇ ਵਿੱਚ ਆਪਣਾ ਐਗਰੀਮੈਂਟ ਹੁੰਦਾ ਜਿਹਦੇ ਵਿੱਚ ਐਬਸੋਲੂਟ ਪਾਵਰ ਜਿਹੜੀ ਹੈ ਮੋਨੋਪੋਲੀ ਪਾਵਰ ਸਟੇਟ ਕੋਲ ਹੁੰਦੀ ਹੈ ਤੇ ਦੂਜੇ ਪਾਸੇ ਜਿਹੜੇ ਸਿਟੀਜ਼ਨਸ ਹੈਗੇ ਆ ਕਿਉਂਕਿ ਐਗਰੀਮੈਂਟ ਆਪਾਂ ਜਿਹੜਾ ਕਨਸਟੀਟਿਊਸ਼ਨ ਹੈ ਬੇਸਿਕਲੀ ਐਗਰੀਮੈਂਟ ਦੀ ਕਾਪੀ ਹੈ ਉਹ ਜਿਹੜੇ ਰਾਈਟਸ ਹੈਗੇ ਆ ਉਹ ਕੁਝ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਆ ਕਨਸਟੀਟਿਊਸ਼ਨ ਦੇ ਤਹਿਤ ਦਿੱਤੇ ਜਾਂਦੇ ਆਂਦੇ ਆ ਤੇ ਜਿਹੜੀ ਸਰਕਾਰ ਹੈਗੀ ਹੈ ਜੇ ਉਹਨਾਂ ਦੀ ਵਾਇਲੇਸ਼ਨ ਕਰਦੀ ਹੈ ਤਾਂ ਲੋਕ ਜਿਹੜੇ ਹੈਗੇ ਆ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੂੰ ਰিস্টੋਰ ਕਰਾ ਸਕਦੇ ਆ ਇਹ ਤਾਂ ਹੈਗੀ ਹੈ ਕਨਸਟੀਟਿਊਸ਼ਨਲ ਪੋਜੀਸ਼ਨ ਠੀਕ ਹੈ ਤੇ ਬਾਕੀ ਜਿਹੜੀ ਤੁਸੀਂ ਹੁਣ ਉਹਦੇ ਨਾਲ ਆ ਜਾਂਦਾ ਪਿੱਛੇ ਅਜੇ ਕਾਨੂੰਨ ਪਾਸ ਵੀ ਨਹੀਂ ਸੀ ਹੋਇਆ ਅਜੇ ਢੰਗ ਤਰੀਕੇ ਕਿਦਾਂ ਇੰਪਲੀਮੈਂਟ ਕਰਨੇ ਨੇ ਉਹ ਇਹ ਜੋਗੀ ਸਾਹਿਬ ਦੇ ਪਤਾ ਲੱਗਾ ਵੀ ਇਹਨਾਂ ਨੇ ਇੱਕ ਰਿਪੋਰਟ ਭੇਜੀ ਸੀ ਵੀ ਇੰਨੇ ਹਜ਼ਾਰ ਬੰਦਾ ਅਸੀਂ ਆਇਡੈਂਟੀਫਾਈ ਕਰ ਲਿਆ ਉਹ ਇਹਨਾਂ ਨੇ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਆ ਉਹਨਾਂ ਐਮੈਂਡਮੈਂਟ ਦੇ ਐਕਟ ਅੱਤੇ ਕਰ ਲਿਆ ਅੱਛਾ ਉਹ ਉਹ ਇੱਕ ਦੇ ਉਹ ਉਹਨਾਂ ਸੈਂਟਰ ਗਵਰਨਮੈਂਟ ਨੂੰ ਰਿਪੋਰਟ ਭੇਜੀ ਸੀ ਮਤਲਬ ਇਹਦਾ ਮਤਲਬ ਇਹ ਆ ਵੀ ਇਹਦੀ ਮਨਛਾ ਜਿਹੜੀ ਇਹਨਾਂ ਦੀ ਪਹਿਲਾਂ ਹੀ ਪ੍ਰੀਪੇਅਰ ਸੀ ਵੀ ਲਿਸਟ ਵੀ ਭੇਜੀ ਸੀ ਨਹੀਂ ਮੇਰਾ ਖਿਆਲ ਇਹ ਵੀ ਆ ਕਿ ਜਦੋਂ ਪਿੱਛੇ ਜੇ ਸੁਪਰੀਮ ਕੋਰਟ ਚ ਕੇਸ ਲੱਗਾ ਤੇ ਉੱਥੇ ਜਿਹੜੇ ਕਾਂਗਰਸ ਦੇ ਜਿਹੜੇ ਰੈਪrezentਟੇਟਿਵ ਹੈਗੇ ਸੀ ਮਨੂ ਸਿੰਘ ਵੀ ਮਿਸਟਰ ਸਿੰਘ ਵੀ ਉਹਨਾਂ ਨੇ ਵੀ ਦੱਸਿਆ ਕਿ ਸ਼ਾਇਦ ਐਨਪੀਆਰ ਦੀ ਵੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਸਟੇਟ 'ਚ ਹੋ ਗਈ ਹੈ ਹਾਲਾਂਕਿ ਹਰਾਨੀ ਦੀ ਗੱਲ ਇਹ ਹੈਗੀ ਆ ਕਿ ਐਨਪੀਆਰ ਦੇ ਸੰਬੰਧੀ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ ਵੀ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਇੰਪਲੀਮੈਂਟ ਕਰਨਾ ਹੈ ਅਜੇ ਹੋਣਾ ਹੈ ਉਹ ਅਜੇ ਉਹ ਨਹੀਂ ਦਿੱਤੀਆਂ ਸਰਕਾਰ ਵੱਲੋਂ ਨਹੀਂ ਦਿੱਤੀਆਂ ਗਈਆਂ ਤੇ ਬਿਲਕੁਲ ਠੀਕ ਹੈ ਯਾ ਅੱਛਾ ਹੁਣ ਸੈਡੀਸ਼ਨ ਜਿਹੜਾ ਹੈਗਾ ਹਾਂਜੀ ਚਾਟ ਅਸੀਂ ਸੈਡੀਸ਼ਨ ਦਾ ਕਪੂਕ ਬੋਨੇ ਸ਼ੁਰੂ ਕਰ ਦਿੰਦੇ ਨੇ ਦੇਸ਼ਗਦਰ ਦਾ ਤਬਾਜ਼ ਜਾਂ ਉਹਦੇ ਬੈਜ ਲਾ ਦਿੰਦੇ ਹਰ ਬੰਦੇ ਦੇ ਜਾਂ ਕੋਈ ਡੈਮੋਕਰੈਟਿਕ ਮੂਵਮੈਂਟ ਨਿਕਲਦੀ ਆ ਜਾਂ ਕੋਈ ਤਰਨਾਤ ਪ੍ਰਦਰਸ਼ਨ ਹੁੰਦਾ ਉਹਦੇ ਵਿੱਚ ਅਸੀਂ ਡਰਾ ਦਿੰਦੇ ਲੋਕਾਂ ਨੂੰ ਵੀ ਅਸੀਂ ਤੁਹਾਡੇ ਦੇ ਸੱਡੀਸ਼ਨ ਉਲਾਦਾਂਗੇ ਇਹਦਾ ਇਤਿਹਾਸ ਕੀ ਹੈ ਇਹਦਾ ਉਦੇਸ਼ ਕੀ ਹੈ ਇਹਦਾ ਸੋਝਾ ਚੰਨ ਪਾਓ ਅ ਦੇਖੋ ਸ਼ਰਮ ਜਿਹੜਾ ਸੱਡੀਸ਼ਨ ਲਾ ਹੈਗਾ ਇਹ ਜ਼ਿਆਦਾ ਬਦਨਾਮ ਇਸ ਕਰਕੇ ਹੈ ਕਿਉਂਕਿ ਬਹੁਤੀ ਵਾਰ ਇਹਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਹੂੰ ਹੂੰ ਇਹ ਬਦਨਾਮ ਹੈ ਮੈਂ ਤਾਂ ਇਹ ਸਮਝਾਂਗਾ ਵੀ ਬਦਨਾਮ ਹੈ। ਹੁਣ ਇਹ ਆ ਵੀ ਜੇ ਦੀ ਆਪਾਂ ਇਤਿਹਾਸ ਦੇਖਣਾ ਹੋਵੇ ਸ਼ਮਈ ਜਿਹੜਾ ਇੰਡੀਅਨ ਪਿਨਲ ਕੋਡ ਆ ਜਿਹਨੂੰ ਆਈਪੀਸੀ ਕਹਿੰਦੇ ਆ ਹੂੰ ਇਸ ਨੂੰ ਕੋਡਿਫਾਈ ਕਰਤਾ ਸੀ 1860 ਦੇ ਵਿੱਚ ਹਾਂ 1860 ਦੇ ਵਿੱਚ ਕਰਨ ਤੋਂ ਬਾਅਦ ਹੁਣ ਤੱਕ ਇਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਕੀਤੀਆਂ ਜਾ ਚੁੱਕੀਆਂ। ਔਰ ਜਿਹੜੀ ਸਭ ਤੋਂ ਵੱਡੀ ਚੇਂਜ ਕੀਤੀ ਗਈ ਸੀ ਉਹ 1870 ਦੇ ਵਿੱਚ ਕੀਤੀ ਗਈ ਸੀ ਜਦੋਂ ਕਿ 124 A IPC ਦੇ ਵਿੱਚ ਐਡ ਕੀਤਾ ਗਿਆ 124 A ਇਸ ਸੈਲੀਸ਼ਨ ਲਾ ਠੀਕ ਹੈ ਹੁਣ ਇਹ ਕਿਉਂ ਕੀਤਾ ਗਿਆ ਇਤਿਹਾਸ ਇਹ ਕਹਿੰਦਾ ਕਿ ਜਿਹੜੀ ਯੂਪੀ ਚ ذوبند سکول ਹੈ ਇਹਨਾਂ ਨੇ ਇੱਕ ਕਾਲ ਦਿੱਤੀ ਸੀ ਕਿ ਅਸੀਂ ਜਿਹੜੇ ਬ੍ਰਿਟਿਸ਼ਰਸ ਹੈਗੇ ਹਨ ਕਿਉਂਕਿ 18 1857 ਤੋਂ ਬਾਅਦ ਜਿਹੜਾ ਗਦਰ ਹੋਇਆ ਸੀ ਸਰਕਾਰ ਥੋੜੀ ਸ਼ੱਕੀ ਹੋ ਗਈ ਸੀ ਔਰ ਓਪਨ ਕਾਲ ਜਿਹੜੀ ਇਹ ਦੂਵੰਸਕੂਲ ਲਈ ਦਿੱਤੀ ਸੀ ਉਹਨੇ ਉਹਦੇ ਵਿੱਚ ਉਹ ਖਲਾਫਤ ਮੂਵਮੈਂਟ ਵੀ ਆਈ ਸੀ ਯੈਸ ਉਹ ਉਹ ਕਾਲ ਨੂੰ ਦੇਖਦੇ ਹੋਏ ਜਿਹੜੀ ਉਸ ਵੇਲੇ ਦੀ ਕਾਬਜ਼ ਸਰਕਾਰ ਸੀ ਅੰਗਰੇਜ਼ਾਂ ਦੀ ਉਹਨਾਂ ਨੇ ਜਿਹੜਾ ਹੈਗਾ 124ਏ ਲਾਗੂ ਕੀਤਾ ਸੀ ਇਹ ਬੜਾ ਡਰਕੋਨੀਅਨ ਲਾਅ ਹੈਗਾ ਤਾਂ ਕਿ ਇਹਦੇ ਤਹਿਤ ਜਿਹੜੀ ਵੀ ਕੋਈ ਸਰਕਾਰ ਦੇ ਖਿਲਾਫ ਆਵਾਜ਼ ਉਠਾਂਦਾ ਉਹਨੂੰ ਰਿਪਰੈਸਸ ਕੀਤਾ ਜਾ ਸਕੇ ਉਦੀ ਪ੍ਰਾਪਰਟੀ ਨੂੰ ਫੋਰਫੀਟਰ ਕੀਤਾ ਜਾਵੇ ਔਰ ਬੜਾ ਕੁਛ ਹੈ ਮੈਂ ਵਿਕੇ ਡਾਕਟਰ ਸਫੋਦ ਸੈਫੋਦੀਨ ਕਿਚਲੂ ਸੀ ਹਾਂਜੀ ਖਲਾਫਤ ਮੁੰਬੰਦੇ ਮੋਢੀ ਮੋਢੀਆਂ ਚ ਔਰ ਉਹ ਬੜੇ ਅਮੀਰ ਆਦਮੀ ਸਨ ਕਿਸੇ ਜ਼ਮਾਨੇ ਚ ਅਮਰਸਰ ਨੂੰ ਬਲੋਂਗ ਕਰਦੇ ਸਨ ਉੱਥੇ ਹੀ ਉਹਨੇ ਗਰੋਅ ਅਪ ਹੋਏ ਔਰ ਉਹਨਾਂ ਦੀ ਸਾਰੀ ਪ੍ਰਾਪਰਟੀ ਹੂੰ ਹੂੰ ਕਰੋਨਾ ਦੀ ਪ੍ਰਾਪਰਟੀ ਆਈ ਦੀ ਡੇਡ ਚ 2400 ਕਰੋੜ ਦੀ ਪ੍ਰਾਪਰਟੀ ਹੋਈਗੀ ਸ਼ਾਇਦ ਹਾਂਜੀ ਉਹ ਅੰਗਰੇਜ਼ ਸਰਕਾਰ ਨੇ ਫੋਰਫੀਟ ਕਰ ਲਈ ਨਹੀਂ ਸਮਝੀਏ ਇਹਦੇ ਵਿੱਚ ਤਾਂ ਆਪਣੇ ਫਾਦਰ ਆਫ ਦਾ ਨੇਸ਼ਨ ਜਿਹੜੇ ਮਹਾਤਮਾ ਗਾਂਧੀ ਹੁੰਦੇ ਆ ਬਾਲ ਗੰਗਾਤਰ ਤਿਲਕ ਉਹਨਾਂ ਦੇ ਵੀ ਕੀ ਚੱਲਿਆ ਈਵਨ ਜਵਾਲਨ ਨਹਿਰੂ ਜਵਾਲਨ ਨਰ ਦੇ ਕੀ ਚੱਲਿਆ ਇਹ ਸਿਡੀਸ਼ਨ ਲਾਅ ਦੇ ਥੱਲੇ ਬੁੱਕ ਕੀਤੇ ਗਏ ਸੀ ਉਹਨਾਂ ਨੇ ਮੁਕਤਿਆ ਮੁਕਤਿਆ ਜੇਲਾਬਗਿਰ ਕਟੀਆਂ ਔਰ ਕਿਸੇ ਵੇਲੇ ਇਹਨੂੰ ਪ੍ਰਿੰਸ ਆਫ ਆਈਪੀਸੀ ਕਹਿੰਦੇ ਸੀ ਅੱਜ ਇਹ ਕਿੰਗ ਆਫ ਆਈਪੀਸੀ ਬਣ ਗਿਆ ਠੀਕ ਹੈ ਕਿਉਂਕਿ ਜਿੰਨਾ ਲੋਕ ਡਰਦੇ ਆਈਪੀਸੀ ਦੇ ਵਿੱਚ ਜੇ ਕੋਈ ਗੱਲ ਕਰਦੇ ਆ ਤਾਂ ਸਭ ਤੋਂ ਜ਼ਿਆਦਾ ਡਰਦੇ ਆ ਸਿਡੀਸ਼ਨ ਲਾਅ ਤੋਂ ਕਿਉਂਕਿ ਨਹੀਂ ਹੁਣ ਤੁਹਾਡੀ ਗੱਲ ਠੀਕ ਆ ਹੁਣ ਸਿਡੀਸ਼ਨ ਲਾਅ ਵੀ ਹੋ ਗਿਆ ਇਹਦੇ ਵਿੱਚ ਅੱਜ ਦੀ ਡੇਟ ਜੇ ਪਿੱਛੇ ਦੇਖਣਾ ਡੈਮੋਕਰੈਟਿਕ ਕੰਟਰੀ ਹੈ ਇਦੇ ਵਿੱਚ ਮੂਵਮੈਂਟਾਂ ਵੀ ਆਉਣੀਆਂ ਨੇ ਐ اپੋਜੀਸ਼ਨ ਵੀ ਹੋਣੀ ਹੈ ਅਗਰ ਸਰਕਾਰਾਂ ਅਜਿਹੀ ਵੀ ਅਡੇਟ ਜੇ ਸਰਕਾਰਾਂ ਚੱਕ ਕੇ ਤੇ ਲਾਦਣ ਗਈਆਂ ਉਹਦਾ ਕਿਸੇ ਦਾ ਕੈਰੇਕਟਰ ਸੈਸੀਨੇਟ ਕਰ ਦੇਣ ਜਾਂ ਕਿਸੇ ਮੂਵਮੈਂਟ ਨੂੰ ਸਪਰੈਸ ਕਰਨ ਵਾਸਤੇ ਇਹਦੇ ਆਥ ਡੈਮੋਕਰੈਟਿਕ ਕੰਟਰੀ ਨਾ ਆਇਆ ਫਿਰ ਜੇ ਤੇ ਫਿਰ ਜੀ ਸ਼ਰਮਾ ਜੀ ਇਹਦੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਇਹਦੇ ਵਿੱਚ ਇਹਦਾ ਪੋਜੀਸ਼ਨ ਕੀ ਆ ਜਿਹਦੀ ਡੇਟ ਪੋਜੀਸ਼ਨ ਕੀ ਕੀ ਸੁਪਰੀਮ ਕੋਰਟ ਆ ਇੰਟਰਵਿਨ ਕਰ ਸਕਦਾ ਇਹਦੇ ਵਿੱਚ ਜਾਂ ਕੀ ਨਹੀਂ ਮੈਂ ਦੱਸਦਾ ਜੀ ਦੇਖੋ ਪਹਿਲਾਂ ਤਾਂ ਦੋ ਗੱਲਾਂ ਇਹਦੇ ਬਾਰੇ ਜਾਣਨੀਆਂ ਬਹੁਤ ਜ਼ਰੂਰੀਆਂ ਹੈ ਇਕ ਇਹ ਹੈ ਕਿ ਇਹ ਜਿਹੜਾ ਸਿਡੇਸ਼ਨ ਲਾਅ ਹੈ ਜਿਹੜਾ 124A ਹੈ ਇਹ ਕਾਗਨੀਜ਼ੇਬਲ ਅਫੈਂਸ ਹੈ ਹਮਮ ਕਾਗਨੀਜ਼ੇਬਲ ਅਫੈਂਸ ਹੈਗਾ ਦੂਜਾ ਕਿ ਨਾਨ ਬੇਲੇਬਲ ਹੈ ਬੇਲੇਬਲ ਹੈ ਬੇਦੇ ਥੱਲੇ ਬੇਲਿੰਗ ਹੁੰਦੀ ਠੀਕ ਹੈ ਉਹ ਜਦੋਂ ਆਪਾਂ ਕਹਿੰਦੇ ਆ ਕਿ ਇਹ ਕਾਗਨੀਜ਼ੇਬਲ ਹੈ ਕਾਗਨੀਜ਼ੇਬਲ ਦਾ ਕੀ ਮਤਲਬ ਹੈ ਦੇਖੋ ਆਪਾਂ ਜਿਹੜਾ ਆਡੀਅנס ਹੈ ਉਹਨੂੰ ਕਲੀਅਰ ਕਰੀਏ ਵੀ ਕਾਗਨੀਜ਼ੇਬਲ ਕੀ ਹੁੰਦਾ ਹੈ ਯੈਸ ਯੈਸ ਦੁਕਾਨ ਨੂੰ ਦੱਸਣਾ ਚਾਹੀਦਾ ਹੈ ਸ਼ਰਮਾ ਜੀ ਕਾਗਨੀਜ਼ੇਬਲ ਅਫੈਂਸ ਹੁੰਦਾ ਹੈ ਜਿਹਦੀ ਜਿਹੜੀ ਜਿਹੜੇ ਜਿਹੜਾ ਕ੍ਰਾਈਮ ਦੇ ਲਈ ਕਾਰਵਾਈ ਕਰ ਲਈ ਜਾਂ ਇਨਵੈਸਟੀਗੇਟ ਕਰ ਲਈ ਤੁਹਾਨੂੰ ਕਿਸੇ ਅਥਾਰਟੀ ਤੋਂ ਜਾਂ ਮੈਜਿਸਟ੍ਰੇਟ ਤੋਂ ਆਰਡਰ ਲੈਣ ਦੀ ਲੋੜ ਨਹੀਂ ਹੂੰ ਹੂੰ ਜਿਹੜੀ ਪੁਲਿਸ ਹੈ ਆਪਣੇ ਤੌਰ ਤੇ ਹੀ ਜਿਹੜਾ ਕਰਾਇਮ ਨੂੰ ਦੇਖਦੇ ਹੋਏ ਕਾਰਵਾਈ ਕਰ ਸਕਦੀ ਹੈ ਇਹ ਕਾਗਨੀਜ਼ੇਬਲ ਹੈ ਦੂਜਾ ਹੈ ਕਿ ਜੇ ਕੋ ਬੰਦਾ ਇਹਦੇ ਥਲੇ ਪਕੜਿਆ ਗਿਆ ਉਹਦੀ ਬੇਰ ਨਹੀਂ ਹੁੰਦੀ ਸੋ ਇਹ ਦੋ ਜਿਹੜੀਆਂ ਗੱਲਾਂ ਹੈ ਬੜੀਆਂ ਸੀਰੀਅਸ ਹੈ ਇਹਦੇ ਬਾਰੇ ਹਾਲਾਂਕਿ ਮੈਂ ਹੈਰਾਨ ਹਾਂ ਕਿ ਅੰਗਰੇਜ਼ ਚਲੇ ਗਏ ਥੋ ਉਹਨਾਂ ਨੇ ਅਜ ਤੋਂ 10-12 ਸਾਲ ਪਹਿਲਾਂ ਰਿਅਲਾਈਜ਼ ਕੀਤਾ ਵੀ ਇਹ ਜਿਹੜਾ ਲਾਅ ਉਹਨਾਂ ਸਵਾਲ ਦੇ ਉੱਤੇ ਮੈਂ ਇਹ ਚ ਸਵਾਲ ਨਿਕਲਦਾ ਏ ਪੀ ਆਪਾਂ ਇਹ ਸੈਡੀਸ਼ਨ ਲਾਅ ਦੀ ਐਕਟ ਲਾ ਦਿੰਦੇ ਬੰਦੇ ਤੇ ਜਿਹੜਾ ਕਨਈਆ ਦੇ ਲਾਇਆ ਸੀ ਹਾਂਜੀ ਹਾਂਜੀ ਕਨਿ ਯਾਤੇ ਲੇਟੈਸਟ ਲੱਗੇ ਲੇਟੈਸਟ ਲੱਗਾ ਹੁਣ ਤੱਕ 77 ਕੇਸ ਹੋਏ ਨੇ ਸਿਰਫ ਵੇਖਣਾ ਉੱਤੇ ਹਲਾਤ ਦਾ ਪੜਿਆ ਲਿਖਿਆ ਮੁੰਡਾ ਸਰਚ ਕਰ ਕੇ ਕੈਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਹੁਣ ਮੇਰਾ ਸਵਾਲ ਇਹ ਹੈ ਵੀ ਪੁਲਿਸ ਜਿਹੜੀ ਆ ਜਾਂ ਬਿਊਰੋਕਰੇਟ ਨੇ ਉਹ ਤੇ ਸਰਕਾਰ ਦੇ ਜਿਹੜੇ ਰੂਲਿੰਗ ਕਰਦਾ ਕਲਾਸ ਹੁੰਦੀ ਹੈ ਉਹਦੇ ਇਨਸਟ੍ਰਕਸ਼ਨ ਇਹਦੇ ਸਾਬਤ ਹੋ ਗਿਆ ਹਾਂਜੀ ਉਹ ਵੀ ਆਈਪੀਐਸ ਵੀ ਜਿਹੜੇ ਅਫਸਰਾਂ ਕਿਤੇ ਨੇ ਬਣਾਇਆ ਤੇ ਮਕਸਦ ਇਸੇ ਕਰਕੇ ਅਸੀਂ ਆਈਪੀਐਸ ਜਾਈਏ ਹਾਂਜੀ ਵੀ ਉਹ ਜਿਹੜੀ ਜਿਹੜੀ ਹੈਗੀ ਐਗਜ਼ੀਕਿਊਟਿਵ ਜਿਹੜੀ ਆ ਜਾਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਹ ਉਹ ਨਿਊਟਰਲ ਹੋ ਕੇ ਚੱਲਣਗੀਆਂ ਬਿਲਕੁਲ ਠੀਕ ਔਰ ਕੋਸ਼ਿਸ਼ ਕਰਨੀ ਹੈ ਵੀ ਸਟੇਟ ਨੂੰ ਵੀ ਪ੍ਰੋਟੈਕਟ ਕਰਨ ਠੀਕ ਹੈ ਸਟੇਟ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਜਿਹੜੇ ਪਾਸ ਕਰ ਲੋਕਾਂ ਦੇ ਨਮਾਇंदे ਆਉਂਦੇ ਆ ਪਾਸ ਕਰਦੇ ਲੋਕਾਂ ਦੇ ਹੱਕ ਵਾਸਤੇ ਉਹਨਾਂ ਨੂੰ ਐਗਜ਼ੀਕਿਊਟ ਕਰਨ ਇਸ ਮਕਸਦ ਵਾਸਤੇ ਚਾਰ ਤੰਬੇ ਨੇ ਲੇਕਿਨ ਜਦੋਂ ਹੁਣ ਜੋ ਪੋਜੀਸ਼ਨ ਹੈ ਆ ਦੇਸ਼ ਦੀ ਬਿਜਾਇਰ 70 ਸਾਲ ਮੁਲਕ ਨੂੰ ਆਜ਼ਾਦ ਹੋਏ ਨੂੰ ਹੋ ਗਿਆ ਬਿਜਾਇ ਇਹ ਨਾ ਕਾਨੂੰਨਾ ਵਿੱਚ ਜਾਂ ਇਸ ਸਿਸਟਮ ਦੇ ਵਿੱਚ ਰਿਫਾਰਮ ਹੁੰਦਾ ਅਸੀਂ ਸਰਕਾਰ ਦੇ ਹੱਥ ੋ ਕੇ ਬਣ ਕੇ ਰਹਿ ਗਏ ਆ ਤੋ ਜਿਹਦੇ ਤੇ ਮਰਜ਼ੀ ਅਸੀਂ ਲਾ ਲੰਨੇ ਆਂ ਐਡੀਸ਼ਨ ਦਾ ਲਾ ਇਹਦੇ ਵਿੱਚ ਮਤਲਬ ਕੋਈ ਸੁਪਰੀਮ ਕੋਰਟ ਜਾਂ ਕੋਰਟ ਦੀ ਲਾ ਬੈਕਿੰਗ ਦੇ ਹੋਏਗੀ ਵੀ ਇਹ ਕਿ ਬੰਦੇ ਨੂੰ ਐਵੇਂ ਲਾ ਕੇ ਅੰਦਰ ਦੇ ਦੇ ਕੋਈ ਕੋਈ ਤੇ ਸੁਣਵਾਈ ਹੋਏਗੀ ਵੀ ਇਹ ਇੱਕ ਲਾਇਆ ਤੇ ਸਹੀ ਲਾਇਆ ਜਾਂ ਮੈਜਿਸਟ੍ਰੇਟ ਕੋਈ ਡਿਸੀਜਨ ਲੈ ਸਕਦਾ ਜਾਂ ਪੁਲਿਸ ਨੂੰ ਇਨਸਟਰਕਸ਼ਨ ਦੇ ਸਕਦਾ ਵੀ ਇਹ ਗਲਤ ਲਾਜ ਇਹੋ ਜੀ ਕੁਦਰ ਹੈ ਗੱਲ ਹੈ ਜਿਸ ਤਰ੍ਹਾਂ ਜੀ ਕਿ ਜਿਹੜਾ ਕਨਸਟੀਟਿਊਸ਼ਨ ਹੈ ਜੇ ਤੋ ਆਪਾਂ ਗੱਲ ਕੀਤੀ ਹੈ ਕਿ ਆਪਾਂ ਨੂੰ ਫੰਡਾਮੈਂਟਲ ਰਾਈਟਸ ਦਿੰਦਾ ਯੈਸ ਉਹਦੇ ਵਿੱਚ ਜਿਹੜਾ ਬਹੁਤ ਇੰਪੋਰਟੈਂਟ ਫੰਡਾਮੈਂਟਲ ਰਾਈਟ ਹੈਗਾ ਉਹ 19 ਹੈ ਫੰਡਮੈਂਟਲ ਰਾਈਟ ਨੰਬਰ 19 ਮਨ ਲਓ ਜਿਹੜਾ ਆਰਟੀਕਲ 19 19 ਦੇ ਤਹਿਤ ਹੈਗਾ ਉਹਦੇ ਤਹਿਤ ਕੀ ਹੈ ਕਿ ਤੁਸੀਂ ਬਿਨਾ ਹਥਿਆਰਾਂ ਤੋਂ ਪੀਸਫੁੱਲ ਅਸੈਂਬਲੀ ਕਰ ਸਕਦੇ ਹੋ ਬਿਲਕੁਲ ਠੀਕ ਠੀਕ ਹੈ ਜੀ ਹੁਣ ਜਿਹੜਾ ਪਹਿਲੀ ਅਮੈਂਡਮੈਂਟ ਕੀਤੀ ਗਈ 1952 ਦੇ ਵਿੱਚ ਜਿਹੜੀ ਫਸਟ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਕੀਤੀ ਉਹਦੇ ਵਿੱਚ ਇਹਦੇ ਤੇ ਹੋਰ ਰੈਸਟ੍ਰਿਕਸ਼ਨਸ ਲਾਤੀਆਂ ਉਹਨਾਂ ਨੇ ਇਹ ਕਿਹਾ ਕਿ ਵੀ ਠੀਕ ਹੈ ਤੁਹਾਨੂੰ ਆਜ਼ਾਦੀ ਤਾਂ ਹੈ ਅਸੈਂਬਲੀ ਦੀ ਤੁਸੀਂ ਆਪਣੀ ਕੋਈ ਵੀ ਗੱਲ ਕਰ ਸਕਦੇ ਹੋ ਪਰ ਜਿਹੜਾ ਜਿਹੜੀ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈਗੀਆਂ ਉਹ ਸਰਕਾਰ ਵੱਲੋਂ ਕੋਰਟ ਵੱਲੋਂ ਜਾਂ ਜਿਹੜੀ ਪੋਸਿਬਿਲਿਟੀ ਪਾਰਲੀਮੈਂਟ ਸੀ ਉਹਨਾਂ ਨੇ ਫਸਟ ਅਮੈਂਡਮੈਂਟ ਕਰਕੇ ਇਸ ਤੇ ਲਗਾ ਦਿੱਤੀਆਂ ਹੂੰ ਹੁਣ ਇਹ ਹੈ ਕਿ ਇਹ ਜਿਹੜਾ ਇਸ਼ੂ ਹੈਗਾ ਬੜੀ ਵਾਰ ਸੁਪਰੀਮ ਕੋਰਟ ਚ ਗਿਆ ਹੂੰ ਹਾਲਤੇ ਹੈ ਕਿ ਅੱਜ ਵੀ ਜਦੋਂ ਅਸੀਂ ਸਿਲੀਸ਼ਨ ਲਾਉ ਦੀ ਗੱਲ ਕਰਦੇ ਹੈਗੇ ਹਾਂ ਤਾਂ ਇਹਦੇ ਨਾਲ ਸੁਪਰੀਮ ਕੋਰਟ ਦੀ ਰੈਫਰੈਂਸ ਨਾਲ ਹੀ ਜੁੜ ਜਾਂਦੀ ਹੈ ਹੂੰ ਕਿਉਂਕਿ ਜੋ ਲੇਟੈਸਟ ਇਨਸਟਰਕਸ਼ਨਸ ਸੁਪਰੀਮ ਕੋਰਟ ਨੇ ਕੀਤੀਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਦਾਰਨਾਥ ਸਿੰਘ ਦਾ ਕੇਸ ਜਿਹੜਾ 1962 ਦਾ ਹੋਇਆ ਸੀ ਵਰਸ ਸਟੇਟ ਆਫ ਬਿਹਾਰ ਦਾ ਹੋਇਆ ਸੀ ਸਾਰੇ ਜਿਹੜੇ ਐਗਜ਼ੈਕਟਿਵ ਮਿਨਿਸਟ੍ਰੇਟ ਐ ਉਹਨਾਂ ਨੂੰ ਇਹ ਇਨਸਟਰਕਸ਼ਨਸ ਹੈ ਸੁਪਰੀਮ ਕੋਰਟ ਵੱਲੋਂ ਕਿ ਜਦੋਂ ਵੀ ਤੁਸੀਂ ਸੈਡੀਸ਼ਨ ਲਾ ਬਾਰੇ ਕੋਈ ਵੀ ਗੱਲ ਕਰਨੀ ਹੈ ਜਾਂ ਉਹਨੂੰ ਇੰਪਲੀਮੈਂਟ ਕਰਨਾ ਹੈ ਤਾਂ ਤੁਸੀਂ ਜਿਹੜਾ ਕਦਾਰਨਾਥ ਸਿੰਘ ਦਾ ਕੇਸ ਹੈ ਵਰਸ ਸਟੇਟ ਆਫ ਬਿਹਾਰ ਦਾ ਹੈਗਾ ਉਹਨੂੰ ਪੜ੍ਹ ਲਓ ਉਹਦੀ ਲੋ ਦੇ ਵਿੱਚ ਕਰਨਾ ਹੈ ਇਹ ਕੋਈ ਸਤਿਆਨ ਪਾ ਸਕਦਾ ਹੈ ਕਦਾਰਨਾਥ ਦਾ ਕੇਸ ਦੇ ਕਦਾਰਨਾਥ ਕੇਸ ਦੇ ਵਿੱਚ ਕੀ ਹੋਇਆ ਸੀ ਦੇਖੋ ਕਦਾਰਨਾਥ ਕੇਸ ਦੇ ਵਿੱਚ ਜਿਹੜਾ ਮੇਨ ਮੁੱਦਾ ਸੀ ਉਹ ਸੀ ਕਿ ਤੁਸੀਂ ਜੇ ਕੋਈ ਗੱਲ ਕਰਦੇ ਹੋ ਕਿਸੇ ਸਰਕਾਰ ਬਾਰੇ ਕਿਸੇ ਕਮਿਊਨਿਟੀ ਬਾਰੇ ਜੇ ਉਹ ਕਿਸੇ ਤਰ੍ਹਾਂ ਦਾ ਵੀ ਪਬਲਿਕ ਆਰਡਰ ਨਹੀਂ ਡਿਸਟਰਬ ਕਰਦੀ ਜਾਂ ਵਾਇਲੈਂਸ ਨੂੰ ਐਕਸਾਈਟ ਨਹੀਂ ਕਰਦੀ ਉਤਸਾਹਤ ਨਹੀਂ ਕਰਦੀ ਤਾਂ ਇਹ ਸੈਡੀਸ਼ਨ ਨਹੀਂ ਹੈ ਉੰਜ ਤਾਂ ਕਿਸੇ ਨੇ ਕੋਈ ਭਾਸ਼ਣ ਦਿੱਤਾ ਸਰਕਾਰ ਦੀ ਪਾਲਿਸਿਸ ਨੂੰ ਨਿੰਦਤਾ ਕੋਈ ਪਬਲਿਕ ਦੇ ਵਿੱਚ ਜਾਂ ਕੋਈ ਸੋਸਾਇਟੀ ਦੇ ਵਿੱਚ ਕੋਈ ਕ੍ਰਿਤੀਆਂ ਉਹਨੂੰ ਨਿੰਦਤਾ ਨਹੀਂ ਮੈਂ ਤੁਹਾਡੇ ਇਥੇ ਇਹ ਗੱਲ ਤੇ ਥੋੜਾ ਜਿਹਾ ਮੈਂ ਹੱਕ ਕਰ ਲਗਾ ਹਾਂ ਕਈ ਵਾਰ ਕੀਂਦਾ ਵੀ ਸਰਕਾਰਾਂ ਬੜੀ ਚਲਾਕ ਹੁੰਦੀਆਂ ਸਟੇਟਸ ਜਿਹੜੀਆਂ ਦੀਆਂ ਹੁਣ ਜਦਨਾ ਜੀਐਨਜੀਓ ਜਿਹੜੇ ਦਾ ਕੇਸ ਆਇਆ ਸੀ ਉਥੇ ਨਾਰੇ ਵੱਜੇ ਠੀਕ ਹੈ ਮੀਡੀਆ ਨੇ ਟਿੱਪਾਂ ਵੀ ਉਹਨਾਂ ਕੀਤੀਆਂ ਲੇਕਿਨ ਸਾਰੀਆਂ ਟਿੱਪਾਂ ਯਾਹਲੀ ਨਿਕਲੀਆਂ ਠੀਕ ਹਾਂਜੀ ਉਹ ਸਾਬਤ ਹੋ ਗਿਆ ਉਸ ਤੋਂ ਬਾਅਦ ਉਹ ਪ੍ਰਸੀਡ ਨਹੀਂ ਕਰ ਸਕੇ ਔਰ ਉਹ ਗੁੜੇ ਬੰਦਿਆ ਨੇ ਨਾਰੇ ਮਾਰੇ ਉਹ ਵੀ ਫੜੇ ਨਹੀਂ ਜਾ ਸਕੇ ਅੱਜ ਦੀ ਡੇਢ 'ਚ ਹਮਮ ਅਗਰ ਗਵਰਨਮੈਂਟ ਦੀ ਮਸ਼ੀਨਰੀ ਇੰਨੀ ਤੇਜ਼ ਆ ਡਿਲੀਜੈਂਸੀ ਨਹੀਂ ਤੇਜ਼ ਆ ਉਹ ਇਹਦਾ ਮਤਲਬ ਇਹ ਆ ਵੀ ਏਜੰਸੀਆਂ ਜਾਂ ਸਰਕਾਰਾਂ ਉਸ ਮੂਵਮੈਂਟ ਨੂੰ ਜਾਂ ਉਸ ਪ੍ਰਦਰਸ਼ਨ ਨੂੰ ਫੇਲ ਕਰਨ ਵਾਸਤੇ ਉਹਨੂੰ ਵਾਇਲੈਂਟ ਕਰ ਸਕਦੀਆਂ ਦੇਖੋ ਇਹ ਉੱਥੇ ਆਣ ਕੇ ਜਿਹੜਾ ਬੰਦਾ ਪ੍ਰੋਟੈਸਟ ਕਰ ਰਿਹਾ ਹੈ ਜਾ ਆਪਣੀ ਗੱਲ ਰੱਖ ਰਿਹਾ ਹੂੰ ਹੂੰ ਉਹਦੇ ਨੂੰ ਇਨਵੋਲਵ ਹੋ ਗਿਆ ਹੂੰ ਹੂੰ ਕਿਉਂਕਿ ਇਹਨਾਂ ਸਾਬਤ ਕਰਦਾ ਸਰਕਾਰ ਦੇ ਚ ਲੋ ਜੀ ਵਾਇਲੈਂਟ ਹੋ ਗਿਆ ਨਾ ਕਾਨੂੰਨ ਆਪਣੇ ਹੱਥੇ ਲੈ ਲਿਆ ਮੈਂ ਦੇ ਗਦਾ ਰਹੀ ਗੱਲ ਮੈਂ ਉਹ ਉਹਦੇ ਉਹਦੇ ਬਾਰੇ ਆ ਰਿਹਾ ਜੀ ਦੇਖੋ ਜਿਹੜੇ ਬਾਰ ਬਾਰੇ ਮਸਲਾ ਸੁਪਰੀਮ ਕੋਰਟ ਚ ਗਿਆ ਕਿਉਂਕਿ ਜਦੋਂ ਤੁਸੀਂ ਵਾਇਲੇਸ਼ਨ ਫੰਡਮੈਂਟਲ ਰਾਈਟਸ ਦੀ ਵਾਇਲੇਸ਼ਨ ਦੀ ਗੱਲ ਕਰਦੇ ਹੋ ਆਰਟੀਕਲ 19 ਦੀ ਗੱਲ ਕਰਦੇ ਹੋ ਤਾਂ ਸਰਕਾਰ ਜਿਹੜੀ ਹੈਗੀ ਹੈ ਜਿਹੜੀ ਵੀ ਹੋਏ ਯੂ نو ਉਹਦੀ ਇਹ ਪਾਲਿਸੀ ਹੁੰਦੀ ਹੈ ਕਿ ਜਿਹੜਾ ਅਸੀਂ ਐਕਸ਼ਨ ਲਿਆ ਉਹਨੂੰ ਜਸਟੀਫਾਈ ਕਰੀਏ ਹੂੰ ਹੂੰ ਪਰ ਜੋ ਸੁਪਰੀਮ ਕੋਰਟ ਵੱਲੋਂ ਕੇਆ ਉਹ ਵੀ ਬੜਾ ਇੰਟਰਸਟਿੰਗ ਹੈ ਪਹਿਲਾਂ ਤਾਂ ਕੇਸ ਹੋ ਗਿਆ ਗਦਾਰਨਾਥ ਸਿੰਘ ਵਾਲਾ ਵਰਸਸ ਸਟੇਟ ਆਫ ਬਿਹਾਰ ਦਾ ਉਹ ਤੋਂ ਬਾਅਦ 1978 ਦੇ ਵਿੱਚ ਮਨਕਾ ગાંધી ਦਾ ਵੀ ਕੇਸ ਗਿਆ ਸੀ ਹੂੰ ਅੱਛਾ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਬੈਲੈਂਸ ਜਿਹੜੀ ਜੱਜਮੈਂਟ ਹੈ ਸੈਡੀਸ਼ਨ ਲਾ ਬਾਰੇ ਦਿੱਤੀ ਹੈ ਦਿੱਤੀ ਮਨਕਾ ગાંધી ਜਿਹਦੇ ਹਾਂ ਮਨਕਾ ગાંધી ਜਿਹਦੇ ਵਿੱਚ ਜਿਹੜਾ ਆਰਟੀਕਲ 21 ਹੈ ਫਰੀਡਮ ਆਫ ਐਕਸਪ੍ਰੈਸ਼ਨ ਦਾ ਉਦੀ ਲਾਈਟ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਨੇ ਆਪਣੀ ਜੱਜਮੈਂਟ ਦਿੱਤੀ ਹੈ। ਹੂੰ। ਔਰ ਉਹਦੇ ਵਿੱਚ ਕਿਹਾ ਸੀ ਕਿ ਤੁਸੀਂ ਜਿਹੜਾ ਹੈਗਾ ਜੇ ਸਰਕਾਰ ਦੇ ਖਿਲਾਫ ਬੋਲਦੇ ਹੋ ਔਰ ਤੁਸੀਂ ਆਪਣੀ ਰੀਜ਼ਨੇਬਲ ਲਿਮਿਟਸ ਦੇ ਵਿੱਚ ਗੱਲ ਕਰਦੇ ਹੈਗੇ ਹੋ ਤਾਂ ਉਹਨੂੰ ਸਡਿਸ਼ਨ ਨਹੀਂ ਮੰਨਿਆ ਜਾਏਗਾ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਨੂੰ ਯਾਦ ਆ ਜਦੋਂ 1984 ਦੇ ਵਿੱਚ ਮਿਸਿਸ ਗਾਂਧੀ ਦਾ ਕਤਲ ਹੋਇਆ। ਹਾਂ। ਉਸ ਵੇਲੇ ਇੱਕ ਕੇਸ ਫਾਈਲ ਹੋਇਆ ਸੀ ਬਲਵੰਤ ਸਿੰਘ ਵਰਸਸ ਸਟੇਟ ਆਫ ਪੰਜਾਬ ਹਮਮ ਠੀਕ ਹੈ ਉਸ ਵੇਲੇ ਇਹ ਅਲੀਗੇਸ਼ਨ ਲਾਏ ਗਏ ਸੀ ਕਿ ਜਿਹੜਾ ਜਿਹੜੇ ਨਾਰੇ ਮਾਰੇ ਗਏ ਉਸ ਵੇਲੇ ਖਾਲਿਸਤਾਨ ਦੇ ਜਾਂ ਹਿੰਦੂਆਂ ਨੂੰ ਅਸੀਂ ਭਜਾ ਦਾਂਗੇ ਰਾਜ ਕਰੇਗਾ ਖਾਲਸਾ ਇਹ ਹੈ ਉਹ ਕਾਫੀ ਜਿਹੜੇ ਨਾਰੇ ਸੀ ਮਾਰੇ ਗਏ ਸੀ ਹਮਮ ਔਰ ਇਹ ਕਿਹਾ ਗਿਆ ਸੀ ਕਿ ਆਰਟੀਕਲ 153 ए ਦੇ ਤਹਿਤ ਇਹ ਨਾਰਿਆਂ ਦੇ ਨਾਲ ਜਿਹੜਾ ਪਬਲਿਕ ਡਿਸਆਰਡਰ ਹੈ ਉਹ ਪੈਦਾ ਹੋ ਰਿਹਾ ਹੈ ਔਰ ਇਹਦੇ ਨਾਲ ਜਿਹੜੀ ਕਮਿਊਨਿਟੀਜ਼ ਦੇ ਵਿੱਚ ਜਿਹੜੀ ਦੁਸ਼ਮਣੀਆਂ ਵਧ ਰਹੀ ਹੈ ਨਫ਼ਰਤ ਵਧ ਰਹੀ ਹੈ ਜਦੋਂ ਇਹ ਦੀ ਇੰਟਰਪ੍ਰੀਟੇਸ਼ਨ ਕੀਤੀ ਗਈ ਸੀ ਪਰ ਜਦੋਂ ਇਹ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਇਹ ਜਿਹੜੀ ਪਾਲਿਸੀ ਰਿਜੈਕਟ ਕਰਤੀ ਉਹਨਾਂ ਨੇ ਇਹ ਕਿਹਾ ਕਿ ਖਾਲਿਸਤਾਨ ਦਾ ਨਾਰਾ ਮਾਰਨਾ ਕੋਈ ਦੇਸ਼ ਦੀ ਗਦਾਰੀ ਨਹੀਂ ਹੈ ਗਈ ਦੇਸ਼ ਦੀ ਗਦਾਰੀ ਨਹੀਂ ਹੈ ਸੈਡੇਸ਼ਨ ਨਹੀਂ ਹੈ ਕੋਈ ਵੀ ਬੰਦਾ ਜਿਹੜਾ ਹੈਗਾ ਦੇਸ਼ ਦਾ ਨਾਰਾ ਮਾਰ ਸਕਦਾ ਹੈਗਾ ਉਸ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਅਨਲੈਸ ਕਿ ਜਿਹੜਾ ਉਹ ਇਮਿਨੈਂਟ ਵਾਇਲੈਂਸ ਵੱਲ ਨਾ ਜਾਂਦਾ ਜਾਂ ਕਮਿਊਨਿਟੀ ਨੂੰ ਕਤਲੋਗਾਰਦ ਨਾ ਕਰਦਾ ਹੋ ਜਾ ਜੇ ਜੇ ਇਮਿਨੈਂਟ ਵਾਇਲੈਂਸ ਵੱਲ ਨਹੀਂ ਜਾ ਰਿਹਾ ਹੈਗਾ ਜਾਂ ਉਹ ਐਕਸਾਈਟ ਨਹੀਂ ਕਰ ਰਿਹਾ ਵਾਇਲੈਂਸ ਵੱਲ ਉਹ ਕੱਲਾ ਇੱਕ ਆਪਣੀ ਆਈਡੀਓਲੋਜੀ ਨੂੰ ਐਡਵੋਕੇਟ ਕਰ ਰਿਹਾ ਦੇਖੋ ਕਿਸੇ ਕਿਸੇ ਗੱਲ ਨੂੰ ਐਡਵੋਕੇਟ ਕਰਨਾ ਔਰ ਕਿਸੇ ਨੂੰ ਉਤਸ਼ਾਹਿਤ ਕਰਨਾ ਇਹ ਦੋ ਚੀਜ਼ਾਂ ਕੋਰਟ ਜਿਹੜੀ ਹੈ ਇਸ ਗੱਲ ਦਾ ਕੌਗਨੀਸੈਂਸ ਲੈਂਦੀ ਹੈਗੀ ਹੈ ਕਿ ਕਿਸੇ ਇਸ਼ੂ ਦੇ ਬਾਰੇ ਗੱਲ ਕਰਨਾ ਆਪਣੀ ਆਈਡੀਓਲੋਜੀ ਦੇ ਨਾਲ ਜਿਹੜੀ ਪਰਵੇਲਿੰਗ ਥੋਟ ਹੈ ਜਾਂ ਡਾਇਓਲੋਜੀ ਹੈਗੀ ਆ ਉਸ ਨੂੰ ਗਲਤ ਸਾਬਤ ਕਰਨਾ ਇਹ ਸਾਡਾ ਇੱਕ ਫੰਡਾਮੈਂਟਲ ਰਾਈਟ ਹੈ ਠੀਕ ਪਰ ਉਹਦੀ ਇੱਕ ਲਿਮਿਟ ਹੈ ਕਿ ਜੇ ਤੁਸੀਂ ਉਸ ਨੂੰ ਵਾਇਲੈਂਸ ਐਕਸਾਈਟ ਕਰਨ ਤੱਕ ਨਹੀਂ ਲੈ ਕੇ ਜਾਂਦੇ ਜੇ ਤੁਸੀਂ ਜੇ ਸਰਕਾਰ ਨੂੰ ਇਵਨ ਓਵਰਥਰੋ ਕਰਨ ਬਾਰੇ ਵੀ ਗੱਲ ਕਰਦੇ ਹੋ ਇਵਨ ਸਰਕਾਰ ਤੋਂ ਅੱਡ ਹੋਣ ਬਾਰੇ ਵੀ ਗੱਲ ਕਰਦੇ ਹੋ ਇਹ ਤੁਹਾਡੀ ਇੱਕ ਸੋਚ ਹੈ ਪਰ ਜੇ ਕਹਿੰਦੇ ਹੋ ਕਿ ਇਮਿਨੈਂਟ ਵਾਇਲੈਂਸ ਕਰੋ ਹੁਣੇ ਹਥਿਆਰ ਚੱਕੋ ਤੇ ਸਰਕਾਰ ਦਾ ਆਕਰ ਲੋ ਇਹ ਜਿਹੜਾ ਕਾਨੂੰਨ ਹੈ ਨਹੀਂ ਅਲਾਉ ਕਰਦਾ ਪਰ ਇੱਥੇ ਤੇ ਇਹ ਵੀ ਮਸਲਾ ਅਲੱਗ-ਅਲੱਗ ਕਸ਼ਮੀਰ ਦੇ ਵਿੱਚ ਹੈ ਜਦੋਂ ਨਾਰੇ ਲੈ ਕੇ ਰਹਿਣਗੇ ਯਾਦੀ ਹਾਂਜੀ 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 ਅਬ ਵੱਲੋਂ ਸਾਰਾ ਆਪਣੇ ਹੱਕ ਮੰਗਦੇ ਆ ਤੇ ਅਸੀਂ ਉੱਥੇ ਉਹਨਾਂ ਨੂੰ ਲਾ ਦਿੰਨੇ ਆ ਸੈਡੀਸ਼ਨ ਦਾ ਕੇਸ ਬਣਾਉਂਦੇ ਵੀ ਉਹਦੇ ਉਹ ਦੇਖ ਦੇ ਨਾਗਰਿਕ ਨੇ ਐਦਾਂ ਤਾਂ ਜਦੋਂ ਇਹਨਾਂ ਨੇ ਤਾਮਨ ਲਾਡੂ ਦੇ ਵਿੱਚ ਉਹ ਇੱਕ ਨਿਊਕਲੀਅਰ ਪਲੈਂਟ ਲਗਾਉਣ ਲੱਗੇ ਸੀ ਉਹਦੈ ਚ ਸਿਡੀਸ਼ਨ ਲਾ ਲਾਤਾ ਸਿਡੀਸ਼ਨ ਲਾ ਲਾ ਕੇ ਤੇ ਤਕਰੀਬਨ 8000 ਬੰਦੇ ਜਿਹੜੇ ਸੀ ਉਹ ਅੰਦਰ ਕਰਦੇ ਇਸੇ ਤਰੀਕੇ ਨਾਲ ਮੇਰੇ ਖਿਆਲ ਕਿਸੇ ਸਟੇਟ ਦੇ ਵਿੱਚ ਉਹ ਹੋਸੀ ਇਹਨਾਂ ਨੇ ਕੋਈ ਜਦੋਂ ਵੱਡੇ ਵੱਡੇ ਡੈਮ ਬਣਾਉਂਦੇ ਆ ਤੇ ਕੁਝ ਬੰਦੇ ਡਿਸਪਲੇਸ ਹੋਏ ਸੀ ਉਹ ਬਣਿਆ ਸੀ ਗੁਜਰਾਬ ਦੇ ਵਿੱਚ ਹਾਂ ਕਿ ਸਰਦਾਰ ਸਰਦਾਰ ਸਰੋਵਰ ਉਹਦੇ ਵਿੱਚ ਵੀ ਸਿਡੀਸ਼ਨ ਲਾ ਲਾਤਾ ਸੀ ਅਜੇ ਤੱਕ ਲੋਕ ਵਸਾਇਆ ਵੀ ਨਹੀਂ ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ ਜਿਹੜੇ ਸਰਕਾਰਾਂ ਹੈਗੀਆਂ ਟਾਈਮ ਟੂ ਟਾਈਮ ਜਿਹੜਾ ਹੈਗਾ ਸਿਡੀਸ਼ਨ ਲਾ ਦਾ ਮਿਸਯੂਜ਼ ਵੀ ਕਰਦੀਆਂ ਰਹੀਆਂ ਇਹ ਆਪਾਂ ਨੂੰ ਮੰਨਣਾ ਪਏਗਾ ਅੱਛਾ ਇਹਨਾਂ ਗੱਲਾਂ ਜੋ ਉੱਠ ਗੱਲ ਨਿਕਲਦੀ ਹੈ ਵੀ ਆਪਣੇ ਹੋਮ ਮਿਨਿਸਟਰ ਸਾਹਿਬ ਹਾਂਜੀ ਇਹਨਾਂ ਨੇ ਇੱਕ ਬਲੋਂ ਸਟੇਟਮੈਂਟ ਦਿੱਤੀ ਸੀ ਹਾਂ ਜੀ ਪੀ ਜਿਹੜਾ ਇਨੀਅਲ ਪੈਨਲ ਕੋਡ ਆ ਹਾਂ ਜੀ ਜਿਹੜਾ ਸਟਿਸ਼ਨ ਲਾਦਾ ਜਾਂ ਹੋਰ ਵੀ ਜਿਹੜੇ ਕ੍ਰਿਮੀਨਲ ਲਾਦੇ ਪੈਨਲ ਕੋਡ ਦੇ ਇਹ ਚ ਰਿਫਾਰਮ ਕਰਨ ਦੀ ਜ਼ਰੂਰਤ ਆ ਕਿਉਂਕਿ ਪੁਰਾਣੇ ਲਾ ਬਣੇ ਆ ਠੀਕ ਹੈ ਤੇ ਜਿਹੜੀ ਸਟੇਟਮੈਂਟ ਸੀ ਉਹ ਜਿਹੜੀ ਇਹ ਦਿੱਤੀ ਇਹਨਾਂ ਨੇ ਉਹ ਕਿੱਥੇ ਸਟੈਂਡ ਕਰਦੀ ਹੈ ਜੀ ਕੋਸ਼ਿਸ਼ ਚੱਲ ਰਹੀ ਹੈ ਕਿ ਇਹ ਜ਼ਰੂਰਤ ਹੈਗੀ ਐ ਇਸ ਵੇਲੇ ਸੈਡੀਸ਼ਨ ਲਾ ਦੀ ਜਾਂ ਦੂਜੀ ਜਿਹੜੀ ਪੈਨਲ ਇਨੀਅਲ ਪੈਨਲ ਕੋਡ ਨੂੰ ਚੇਂਜ ਕਰਨ ਦੀ ਜਾਂ ਰਿਫਾਰਮ ਕਰਨ ਦੀ ਦੇਖੋ ਇਹਦੇ ਬਾਰੇ ਤੁਸੀਂ ਸੱਚ ਦੱਸੋ ਦੇਖੋ ਇਹ ਗੱਲ ਤਾਂ ਸਾਰੇ ਪੋਲਿਟਿਕਲ ਜਿਹੜੀਆਂ ਪਾਰਟੀਆਂ ਉਹ ਸਮੇਂ-ਸਮੇਂ ਤੇ ਕਹਿੰਦੀਆਂ ਰਹੀਆਂ ਹੈਗੀਆਂ ਹੂੰ ਕਿ ਜਿਹੜਾ ਇੰਡੀਅਨ ਪੀਨਲ ਕੋਡ ਹੈ ਉਹ 1860 ਤੇ ਬਣਿਆ ਸੀ ਔਰ ਉਸ ਵੇਲੇ ਦੀ ਜਿਹੜੀ ਰਾਜ ਸੱਤਾ ਸੀ ਇਹ ਉਹਨਾਂ ਦੀ ਇੱਕ ਲੈਗਸੀ ਹੈ ਅਸੀਂ ਉਹਨਾਂ ਤੋਂ ਇਨਹੈਰਿਟ ਕੀਤਾ ਹੂੰ ਹੂੰ ਆਪਾਂ ਆਜ਼ਾਦ ਹੋ ਗਏ ਪਰ ਉਹ ਜਿਹੜਾ ਕਾਨੂੰਨ ਹੈ ਉਹ ਪੁਰਾਣਾ ਹੀ ਚੱਲੇ ਆ ਰਿਹਾ ਠੀਕ ਹੈ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਇਹਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਕਾਫੀ ਅਮੈਂਡਮੈਂਟਸ ਕੀਤੀਆਂ ਪਰ ਲੋਕਾਂ ਦੀ ਇਹ ਆਮ ਧਾਰਨਾ ਹੈਗੀ ਹੈ ਕਿ ਸਾਨੂੰ ਕੱਲੀਆਂ ਅਮੈਂਡਮੈਂਟਸ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਆਪਣੇ ਜਿਹੜੇ ਨਵੇਂ ਜਿਹੜੇ ਨਵੇਂ ਸਿਸਟਮ ਚੱਲੇ ਆ ਜਾਂ ਨਵੀਂ ਜੋ ਹਾਲਾਤ ਹੈਗੇ ਆ ਉਹਦੇ ਮੁਤਾਬਕ ਜਿਹੜਾ ਹੈਗਾ ਨਵਾਂ ਕਾਨੂੰਨ ਜਿਹੜਾ ਹੈ ਇੰਡੀਅਨ ਪਿਨਲ ਕੋਡ ਜਿਹੜਾ ਲੈ ਕੇ ਆਣਾ ਚਾਹੀਦਾ ਕਿਉਂਕਿ ਜਿਹੜਾ ਇੰਡੀਅਨ ਪਿਨਲ ਕੋਡ ਆ ਨਾ ਇਹ ਆਧਾਰ ਹੈ ਜੁਡੀਸ਼ੀਅਲ ਜਿਹੜਾ ਸਿਸਟਮ ਹੈ ਉਹਦਾ ਆਧਾਰ ਹੈ ਜਿਹੜਾ ਜਸਟਿਸ ਸਿਸਟਮ ਹੈ ਜਿਹਦੇ ਤਹਿਤ ਜਿਹੜੀ ਸਰਕਾਰ ਹੈ ਉਹਨੇ ਲੋਕਾਂ ਨੂੰ ਜਸਟਿਸ ਦੇਣਾ ਹੈ ਜਾਂ ਲੋਕਾਂ ਨੇ ਜਸਟਿਸ ਲੈਣਾ ਹੈ ਸਰਕਾਰ ਤੋਂ ਇਹ ਉਹਦਾ ਬੇਸ ਹੈ ਸੋ ਜਿਹੜਾ ਵੀ ਕ੍ਰਿਮੀਨ ਖਾਸ ਕਰਕੇ ਜਿਹੜਾ ਕ੍ਰਿਮੀਨ ਜੁਡੀਸ਼ੀਅਲ ਸਿਸਟਮ ਹੈ ਹੂੰ 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 ਕ੍ਰਿਮੀਨ ਜਸਟਿਸ ਸਿਸਟਮ ਲਈ ਇਹ ਜਿਹੜਾ ਇੱਕ ਆਧਾਰ ਹੈ ਸੋ ਮੈਂ ਸਮਝਦਾ ਹਾਂਗਾ ਕਿ ਜਿਹੜਾ ਉਹਨਾਂ ਦਾ ਕਹਿਣਾ ਹੈਗਾ ਕਿ ਇਸ ਨੂੰ ਰੀਵਿਜ਼ਿਟ ਕਰਨਾ ਚਾਹੀਦਾ ਇਹ ਮੈਂ ਠੀਕ ਸਮਝਦਾ ਜਰੂਰ ਵਿਜ਼ਿਟ ਕਰਨਾ ਚਾਹੀਦਾ ਖਾਸ ਕਰਕੇ ਜਿਹੜਾ ਸਿਡੀਸ਼ਨ ਲਾਇਆ ਉਹ ਦੇਖੋ ਨਾ ਜਿਹੜੀਆਂ ਜਿਹੜੀ ਪੁਲਿਸ ਅਥਾਰਟिटीज ਹੈਗੀਆਂ ਆਪਾਂ ਕਿਉਂ ਕਹਿੰਨੇ ਆ ਦੀ ਡਿਮਾਂਡ ਕਿਉਂ ਕਰਦੇ ਆ ਦੇਖੋ ਇੱਕ ਤਾਂ ਪੁਰਾਣਾ ਹੋ ਗਿਆ ਬਿਲਕੁਲ ਠੀਕ ਹੈ ਦੂਜਾ ਹੈਗਾ ਕਿ ਇਹਦਾ ਬੜਾ ਇੱਕ ਚਿਲਿੰਗ ਇਫੈਕਟ ਹੈਗਾ ਜਿਹੜਾ ਆਪਣਾ ਹੈ ਨਾ ਜਿਹੜਾ ਆਪਣਾ ਫੰਡਾਮੈਂਟਲ ਰਾਈਟ ਹੈਗੇ ਆ ਜਿਹੜੇ ਆਪਾਂ ਨੂੰ ਕਨਸਟੀਟਿਊਸ਼ਨ ਚ ਦਿੱਤੇ ਆ ਖਾਸ ਕਰਕੇ 19 ਹੈਗਾ ਉਹਨੂੰ ਇਫੈਕਟ ਕਰਦਾ ਜਾਂ 21 ਹੈਗਾ ਜਾਂ 14 ਜਾਂ 15 ਇਹ ਉਹਨੂੰ ਬੜੀ ਬੁਰੀ ਤਰ੍ਹਾਂ ਇਫੈਕਟ ਕਰਦਾ ਸੋ ਇਸ ਕਰਕੇ ਜੇ ਆਪਾਂ ਚਾਹੁੰਦੇ ਹੈਗੇ ਆ ਕਿ ਜਿਹੜੀ ਸਰਕਾਰ ਹੈਗੀ ਹੈ ਉਹ ਵੀ ਰੀਜ਼ਨੇਬਲ ਵੇ ਦੇ ਨਾਲ ਜਿਹੜਾ ਹੈਗਾ ਆਪਣੀ ਪਾਵਰ ਦਾ ਇਸਤੇਮਾਲ ਕਰੇ ਔਰ ਜਿਹੜੇ ਲੋਕ ਵੀ ਆ ਉਹ ਵਿਦ ਰੈਸਟ੍ਰਿਕਸ਼ਨਸ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਦਾ ਇਸਤੇਮਾਲ ਕਰਨ ਸੋ ਉਹਦੀ ਜਿਹੜੀ ਰੀਜ਼ਨੇਬਲਨੈਸ ਹੈਗੀ ਆ ਉਹ ਜਰੂਰ ਰਿਸਟੋਰ ਹੋਣੀ ਚਾਹੀਦੀ ਆ ਦੂਜਾ ਇਹ ਹੈਗਾ ਸ਼ਰਮਾ ਜੀ ਕਿ ਜਿਹੜਾ ਇਹਦੇ ਨਾਲ ਆਪਾਂ ਦੋ ਚੀਜ਼ਾਂ ਜੋੜਤੀਆਂ ਵੀ ਕੌਗਨੀਜ਼ੇਬਲ ਹੈਗਾ ਦੇਖੋ ਕਈ ਵਾਰ ਹਾਲਾਤ ਇਹ ਹੁੰਦੇ ਆ ਕਿ ਪੁਲਿਸ ਨੂੰ ਜਦੋਂ ਇਹ ਪਤਾ ਲੱਗ ਜਾਏ ਕਿ ਸਾਨੂੰ ਕਿਸੇ ਮੈਜਿਸਟ੍ਰੇਟ ਕੋਲ ਜਾਣ ਦੀ ਲੋੜ ਨਹੀਂ ਤੇ ਮੈਜਿਸਟ੍ਰੇਟ ਸਾਨੂੰ ਨਹੀਂ ਸੁਪਰਵਾਈਜ਼ ਕਰ ਰਿਹਾ ਤਾਂ ਉਹ ਕਈ ਵਾਰ ਪਾਵਰ ਦਾ ਮਿਸਯੂਜ਼ ਵੀ ਕਰ ਲੈਂਦੇ ਆ ਤੇ ਨਾ ਕਈ ਤਾਂ ਕਈਆਂ ਜਗ੍ਹਾ ਤੇ ਮੈਜਿਸਟ੍ਰੇਲ ਪਾਵਰ ਹੈਗੀਆਂ ਨੇ ਪੁਲਿਸ ਵਾਲਿਆਂ ਕੋਲ ਯੈਸ ਸੋ ਮੈਂ ਮੈਂ ਸਮਝਦਾ ਹੈਗਾ ਕਿ ਇਸ ਨੂੰ ਜਿਹੜਾ ਹੈਗਾ ਨਾਨ ਕੌਗਨੀਜ਼ੇਬਲ ਆਫੈਂਸ ਬਣਾ ਦਨਾ ਚਾਹੀਦਾ ਖਾਸ ਕਰਕੇ ਉਹਨਾਂ ਜਗ੍ਹਾ ਦੇ ਵਿੱਚ ਜਿੱਥੇ ਕਿ ਲੋਕਾਂ ਨੇ ਸਿਰਫ ਆਵਾਜ਼ ਉਠਾਈ ਹੈ ਸਿਰਫ ਭਾਸ਼ਣ ਬਾਜੀ ਕੀਤੀ ਹੈ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਜਿੱਥੇ ਇੱਕ ਲੈਕਚਰ ਦਿੱਤਾ ਗਿਆ ਹੈਗਾ ਇੱਕ ਉਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਉਸ ਜਗ੍ਹਾ ਦੇ ਉੱਤੇ ਮੇਰਾ ਖਿਆਲ ਹੈ ਕਿ ਇਸ ਨੂੰ ਕਾਗਨੀਜ਼ੇਬਲ ਨਹੀਂ ਬਣਾਉਣਾ ਚਾਹੀਦਾ ਔਰ ਉਹਦੇ ਨਾਲ ਇਹਨੂੰ ਅਵੇਲੇਬਲ ਵੀ ਬਣਾਉਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਹੈਗੇ ਆਂ ਅਨਸੈਸਰੀ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਪਕੜੇ ਨਾ ਜਾਣ ਕਿਉਂਕਿ ਮਹਿੰਗਾ ਵੀ ਹੈਗਾ ਲੋਕ ਪਰੇਸ਼ਾਨ ਵੀ ਬੜੇ ਹੁੰਦੇ ਆ ਸੋ ਮੇਰੇ ਹਿਸਾਬ ਨਾਲ ਇਹ ਜਿਹੜਾ ਇਹ ਜੇ ਦੋ ਤਿੰਨ ਚੀਜ਼ਾਂ ਜਿਹੜੀਆਂ ਆ ਉਹ ਹੋ ਜਾਣ ਤਾਂ ਜਿਹੜਾ ਜਿੱਦਾਂ ਹੁਣ ਸੁਪਰੀਮ ਕੋਰਟ ਇਸ ਗੱਲ ਤੇ ਵਿਜਿੱਦ ਹੈਗੀ ਹੈ ਕਿ ਇਸ ਨੂੰ विद अमेंडमेंट्स ਜਿੱਦਾਂ ਅਸੀਂ ਇਨਸਟਰਕਸ਼ਨਸ ਦਿੱਤੀਆਂ ਜਿੱਦਾਂ ਉਹਨਾਂ ਨੇ ਕਿਹਾ ਹੈਗਾ ਵੀ ਤੁਸੀਂ ਕੇਦਾਰਨਾਥ ਕੇਸ ਦੇ ਮੁਤਾਬਕ ਜਿਹੜਾ ਹੈਗਾ ਸਾਰੇ ਜਿਹੜੇ ਐਗਜ਼ੈਕਟਿਵ ਮੈਜਿਸਟ੍ਰੇਟਸ ਹੈਗੇ ਆ ਉਹ ਕਾਰਵਾਈ ਕਰਨ ਜੇ ਇਹ ਇਨ ਸਪਿਰਿਟ ਇੰਪਲੀਮੈਂਟ ਹੁੰਦਾ ਔਰ ਜਿਹੜੀਆਂ ਸਰਕਾਰਾਂ ਹੈਗੀਆਂ ਇਹਦਾ ਮਿਸਯੂਜ਼ ਨਹੀਂ ਕਰਦੀਆਂ ਤੇ ਫਿਰ ਠੀਕ ਹੈ ਚੱਲੀ ਜਾਏਗਾ ਵੇਖੋ ਨਾ ਇਥੋਂ ਗੱਲ ਨਿਕਲ ਕੇ ਆਉਂਦੀ ਹੈ ਹਾਂਜੀ ਪੀਰ ਫਾਰਮ ਜਿੱਥੇ ਹੋਮ ਮਿਨਿਸਟਰ ਨੇ ਵੀ ਇਹ ਜਿਹੜਾ ਪੈਨਲ ਪੈਨਲ ਕੋਰਨਰ ਫਾਰਮ ਕਰਨ ਦੀ ਜ਼ਰੂਰਤ ਹੈ ਹਾਂਜੀ ਬਜਾਇਰ ਫਾਰਮ ਕਰਨ ਦੇ ਕਿਉਂਕਿ ਡੈਮੋਕਰੇਟਿਕ ਸਾਡੀ ਕੰਟਰੀ ਹੈ ਡੈਮੋਕਰੇਸੀ ਦੀ ਇੰਸਟੀਚਿਊਸ਼ਨ ਨੂੰ ਸਟਰੋਂਗ ਕਰਨਾ ਹਾਂਜੀ ਹਾਂਜੀ ਕਿਉਂਕਿ ਫੈਸਲਾ ਦੇ ਵੋਟਰਾਂ ਚ ਨੇ ਕਰਨਾ 5 ਸਾਲ ਬਾਅਦ ਡिक्टਟਰਸ਼ਿਪ ਤੇ ਹੈ ਨਹੀਂ ਤੁਸੀਂ ਯਮਰਸੀ ਦਾ ਰਾਜ ਕਰਨੀ ਚਾਹਦੇ ਲੋਕਾਂ ਨੇ ਤੁਹਾਨੂੰ ਦਿੱਤੀ ਆ ਆਪਣੀ ਮੈਂਡਟ ਦਿੱਤਾ ਉਹਦੇ ਮਤਲਬ ਤਾਂ ਹਾਂ ਰੂਲ ਲੇਕਿਨ ਫਿਰ ਵੀ ਤੁਸੀਂ ਕਨਸਟੀਚਿਊਸ਼ਨ ਨੂੰ ਫਿਰ ਵੀ ਤੁਸੀਂ ਛੇੜਛਾੜ ਨਹੀਂ ਕਰ ਸਕਦੇ ਕੋਈ ਜ਼ਰੂਰਤ ਆਦੇ ਤੁਸੀਂ 1/3 ਕਰਕੇ ਜਾਂ ਜੋ ਵੀ ਲਾਅ ਇਹਨਾਂ ਦੇ ਹੈਗੇ ਆ ਪਾਰਲਮੈਂਟ 'ਚ ਲਿਆ ਆਗੇ ਅਗਰ ਦੇਸ਼ ਨੂੰ ਜ਼ਰੂਰਤ ਹੁੰਦੀ ਹੈ ਉਹ ਉਹਦੇ ਕਰਸਾ ਮੇਰੇ ਜਿੰਨਾ ਸਰਕਾਰੀਆ ਕਮਿਸ਼ਨ ਬਣਿਆ ਸੀ ਅੰਡਰ ਸਟੇਟ ਰਿਲੇਸ਼ਨਸ ਬਾਰੇ ਬਣਿਆ ਸੀ ਹਾਂਜੀ ਸਟੇਟ ਰਿਲੇਸ਼ਨਸ ਦੇ ਬਣੇ ਬਣੇ ਅਜੇ ਕੋਈ ਦਿਸਦਾ ਹੀ ਨਹੀਂ ਪਿਆ ਇਹ ਗੱਲਾਂ ਦੇ ਕਰਦੇ ਆ ਹਮ ਹਮ ਪੀਨ ਫੋਰਮ ਜੀ ਪੀਨ ਪੈਨਲ ਕੋਡ ਦੇ ਤੇ ਰਿਫੋਰਮ ਕਰਨ ਦੀ ਜਰੂਰਤ ਹੈ ਕੋਈ ਇਹਨਾਂ ਨੇ ਕੋਈ ਕਮਿਸ਼ਨ ਨਹੀਂ ਭਾਇਆ ਹਮ ਹਮ ਸਟੇਜਾਂ ਤੇ ਗੱਲਾਂ ਕਰਦੇ ਆ ਜੀ ਬੜਾ ਪ੍ਰੈਸ਼ਰ ਆ ਜੂਡੀਕਸ਼ਨੀ ਤੇ ਪ੍ਰੋਪਰ ਜਸਟਿਸ ਨਹੀਂ ਮਿਹਰਬਾਨ ਹੋ ਰਿਹਾ ਉਹਦੇ ਵਾਸਤੇ ਕੋਈ ਰਿਫੋਰਮ ਨਹੀਂ ਕੀਤਾ ਮਤਲਬ ਜਦ ਕੇ ਸਾਡੇ ਦੇਸ਼ ਦੇ ਵਿੱਚ ਐਡਵੋਕੇਟ ਯ ਲਾਕਸਪਰਟਸ ਨੇ ਬਹੁਤ ਔਰ ਕੋਈ ਕਦੀ ਨਹੀਂ ਕੇਹੀ ਚੀਜ਼ ਦੀ ਕਿਸੇ ਚੀਜ਼ ਦੀ ਉੱਥੇ ਪੜੇ ਲਿਖਿਆ ਦੀ ਕਮੀ ਨਹੀਂ ਐਕਸਪਰਟਿਸ ਦੀ ਕਮੀ ਨਹੀਂ ਇਕਨੋਮਿਸਟ ਦੀ ਕਮੀ ਨਹੀਂ ਬਜਾਏ ਉਧਰ ਧਿਆਨ ਦੇਣ ਦੇ ਹਾਂਜੀ ਹਾਂਜੀ ਜਿਹੜੇ ਐਮੈਂਡਮੈਂਟ ਲੈਣੀਆਂ ਸੀ ਜਿਹੜੀਆਂ ਜ਼ਰੂਰਤ ਸੀ ਦੇਸ਼ ਨੂੰ ਹਮਮ ਮੌਕੇ ਦੇ ਮੁਤਾਬਕ ਸਮੇਂ ਦੇ ਮਤਾਬਕ ਜਾਂ ਸਮੇਂ ਦਾ ਚੱਕਰ ਚੱਲਦਾ ਉਹਦੇ ਮਤਾਬਕ ਜ਼ਰੂਰ ਸੀ ਬਜਾਏ ਉਹਦੇ ਧਿਆਨ ਦੇ ਇਹਨਾਂ ਪੁੱਠੇ ਸਦੇ ਆੜੇ ਕਾਨੂੰਨ ਲੈਣ ਤੇ ਜਿਹੜੇ ਜਿੰਦੋਸਤਾਨ ਨੂੰ ਇਹ ਰੋਡ ਨਹੀਂ ਸੀ ਇਹਨਾਂ ਦੀ ਜਿਵੇਂ ਕੋ ਐਨਪੀਆਰ ਦਾ ਉਹਦਾ ਸੌਰੀ ਐਨਆਰਸੀ ਦੀ ਜ਼ਰੂਰਤ ਸੀ ਥੋੜੀ ਜੀ ਉਹ ਵੀ ਹੋ ਗਿਆ ਸੀ ਉਹਨੂੰ ਤਰੀਕੇ ਨਾਲ ਪੋਲੀਟੀਕਲਾਈਜ਼ ਨਾ ਕਰਦੇ ਤੇ ਸ਼ਾਇਦ ਉਹ ਮਸਲਾ ਠੀਕ ਹੋ ਜਾਂਦਾ ਲੇਕਿਨ ਹੁਣ ਇਹ ਜੇ ਤੁਸੀਂ ਇਹ ਇਹਨਾਂ ਮੁਲਕਾਂ ਦੇ ਵਿੱਚ ਦੇਸ਼ ਹੌਸ਼ਿਕ ਸਖਤ ਕਰ ਰਹੇ ਆ ਐਵੇਂ ਲਾ ਦਿੰਦੇ ਕਾਨੂੰਨ ਜਦ ਕਿ ਜਿਸ ਮੁਲਕ ਨੇ ਬਣਾਇਆ ਕਾਨੂੰਨ ਇਹ ਬ੍ਰਿਟਨ ਨੇ ਹਾਂਜੀ 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 ਉਹ ਬ੍ਰਿਟਨ ਨੇ ਕਾਨੂੰਨ 10 ਸਾਲ ਪਹਿ ਰੱਖਿਆ 10 ਸਾਲ ਹੋ ਗਏ ਆ ਉਹਨੂੰ ਇਹਨੂੰ ਬੰਦ ਕਰਤਾ ਖਤਮ ਕਰਤਾ ਔਰ ਹੋਰ ਨਾ ਕੰਟਰੀਆਂ ਨੇ ਉਹਨਾਂ ਦਾ ਵੀ ਪ੍ਰਭਾਵ ਸੋਚਿਆ ਹੀ ਹੋਏਗਾ ਹਾਂਜੀ ਔਰ ਹੋਰ ਨਾ ਕਿੰਨਾ ਕੰਟਰੀਆਂ ਦੇ ਵਿੱਚ ਇਹ ਚੀਜ਼ ਨੂੰ ਜਿੱਦੋਂ ਰਾਜ ਕੀਤਾ ਇਹਨਾਂ ਨੇ ਇਹ ਇੰਗਲਿਸ਼ ਜਿਹੜਾ ਹੈਗਾ ਸੀ ਐਮਪਾਇਰ ਹਾਂਜੀ ਉਹਨੇ ਮਹਾਰਾਣੀ ਦਾ ਉਨੇ ਬਹੁਤ ਵਰਡ ਦੇ ਰਾਜ ਕੀਤਾ ਆਸਟ੍ਰੇਲੀਆ ਦੇ ਵੀ ਕੀਤਾ ਕੈਨੇਡਾ ਦੇ ਵੀ ਕੀਤਾ ਕਈਆਂ ਥਾਵਾਂ ਤੇ ਕੀਤਾ ਵਰਡ ਦੇ ਕਾਫੀ ਹਿੱਸੇ 'ਚ ਕੀਤਾ ਸਾਊਥ ਅਫਰੀਕਾ 'ਚ ਵੀ ਕੀਤਾ ਉਹਨਾਂ ਦੇ ਵਾਪਸ ਕਰ ਲਿਆ ਬਾਕੀ ਕਿੰਨਾ ਕੰਟਰੀਆਂ 'ਚ ਕੋਈ ਹੈਗਾ ਕੋਈ ਉਹਨਾਂ ਨੂੰ ਵਾਪਸ ਹੋ ਰਿਹਾ ਦੇਖੋ ਇਸ ਤਰ੍ਹਾਂ ਕਿ ਦੇਖੋ ਇਹ ਤਾਂ ਗੱਲ ਸੱਚੀ ਹੈਗੀ ਆ ਕਿ ਗ੍ਰੇਟ ਬ੍ਰਿਟਨ ਨੇ ਯੂਕੇ ਨੇ ਇਹ ਜਿਹੜਾ ਲਾਅ ਹੈਗਾ ਇਹਨੂੰ ਰਿਪੀਲ ਕਰਤਾ ਹੈਗਾ ਉਹਨਾਂ ਨੇ ਇਸ ਗੱਲ ਨੂੰ ਰੈਕਗਨਾਈਜ਼ ਕੀਤਾ ਕਿ ਜਿਹੜਾ ਲਾਅ ਹੈਗਾ ਇਹ ਡ੍ਰੈਕੋਨਿਅਨ ਹੈ ਅੱਛਾ ਇਹ ਮਾੜਾ ਲਾਅ ਹੈਗਾ ਇਹਦੇ ਨਾਲ ਇਹ ਜਿਹੜਾ ਲਾਅ ਸੀ ਬਣਾਇਆ ਸੀ ਜਦੋਂ ਕਿ ਅਸੀਂ ਇੰਡੀਆ ਦੇ ਵਿੱਚ ਜਿਹੜਾ ਲੋਕਾਂ ਨੂੰ ਰਿਪਰੈਸ ਕਰਨਾ ਚਾਹੁੰਦੇ ਸੀ ਪਰ ਹੁਣ ਕਿਉਂਕਿ ਉੱਥੇ ਡੈਮੋਕ੍ਰੇਸੀ ਆ ਗਈ ਹੈਗੀ ਹੈ ਇਸ ਕਰਕੇ ਉਹ ਇਹ ਵੀ ਫੀਲ ਕਰਦੇ ਸੀ ਕਿ ਇੰਡੀਆ 'ਚ ਵੀ ਇਹਦੀ ਲੋੜ ਨਹੀਂ ਹੈ ਪਰ ਉਹਨਾਂ ਨੇ ਆਪਣੀ ਕੰਟਰੀ ਦੇ ਵਿੱਚ ਇਸ ਲਾਅ ਨੂੰ ਖਤਮ ਕਰਤਾ ਇਸੇ ਤਰੀਕੇ ਨਾਲ ਅਮਰੀਕਾ ਅਮਰੀਕਾ ਨੇ ਜਿਹੜੀ ਫਸਟ ਅਮੈਂਡਮੈਂਟ ਕੀਤੀ ਆ ਉਹਦੇ ਵਿੱਚ ਇਨਸ਼ੋਰ ਕਰ ਦਿੱਤਾ ਕਿ ਕੋਈ ਵੀ ਜਿਹੜਾ ਜਿਹੜਾ ਸਰਕਾਰ ਹੈਗੀ ਆ ਜਾਂ ਕਾਂਗਰਸ ਹੈਗੀ ਆ ਉਹ ਇਹੋ ਜਿਹਾ ਲਾਅ ਨਹੀਂ ਬਣਾ ਸਕਦੀ ਜਿਹੜਾ ਕਿ ਲੋਕਾਂ ਦੀ ਜਿਹੜੀ ਫਰੀडम ਆਫ ਸਪੀਚ ਹੈ ਜਾਂ ਫਰੀडम ਆਫ ਐਕਸਪ੍ਰੈਸ਼ਨ ਹੈ ਜਾਂ ਧਰਮ ਹੈ ਜਾਂ ਉਹਦੀ ਫਰੀडम ਹੈ ਰਿਲੀਜੀਅਸ ਫਰੀडम ਹੈ ਉਸ ਦੇ ਉੱਤੇ ਕੋਈ ਅੰਕੁਸ਼ ਲਾ ਸਕੇ ਇਸੇ ਤਰੀਕੇ ਨਾਲ ਜਿਹੜਾ ਆਸਟ੍ਰੇਲੀਆ ਹੈ ਕਿਉਂਕਿ ਉੱਥੇ ਵੀ ਇਹਨਾਂ ਨੇ ਰਾਜ ਕੀਤਾ ਉਹਨਾਂ ਨੇ ਵੀ ਇਹ ਜਿਹੜਾ ਸਡਿਸ਼ਨ ਲਾਅ ਹੈ ਇਸ ਨੂੰ ਖਤਮ ਕਰਤਾ ਕੈਨੇਡਾ ਜੀ ਵੀ ਹੈ ਬਟ ਆਮ ਵੈਰੀ ਸਰਪ੍ਰਾਈਜ਼ਡ ਕਿ ਜਿਹੜੀ ਆਪਣੀ ਮਾਨਯੋਗ ਸੁਪਰੀਮ ਕੋਰਟ ਹੈ ਇਸ ਨੇ ਇਸ ਲਾ ਨੂੰ ਉਹ ਕਹਿੰਦੇ ਕਿ ਠੀਕ ਹੈ ਕਿਉਂਕਿ ਇਹਦਾ ਮਿਸਯੂਜ਼ ਹੋਇਆ ਜ਼ਰੂਰ ਇਹ ਕੋਰਟ ਮੰਦੀ ਹੈ ਕਿ ਮਿਸਯੂਜ਼ ਹੋਇਆ ਹੈਗਾ ਉਹ ਕਹਿੰਦੀ ਕਿ ਕਿਉਂਕਿ ਮਿਸਯੂਜ਼ ਹੋਇਆ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਜਿਹੜਾ ਲਾ ਹੈ ਇਹਦੀ ਯੂਟਿਲਿਟੀ ਯੂਟਿਲਿਟੀ ਖਤਮ ਹੋ ਗਈ ਠੀਕ ਹੈ ਕਹਿੰਦੀ ਯੂਟਿਲਿਟੀ ਹੈ ਪਰ ਜੇ ਤੁਸੀਂ ਇਸ ਦਾ ਜਿੱਦਾਂ ਅਸੀਂ ਇਨਸਟਰਕਸ਼ਨਸ ਨਾਲ ਹੋਰ ਦਿੱਤੀਆਂ ਹੈਗੀਆਂ ਵੀ ਜਿੰਨਾ ਚਿਰ ਉਹ ਇਨਸਾਈਟਮੈਂਟ ਟੂ ਵਾਇਲੈਂਸ ਨਹੀਂ ਹੁੰਦਾ ਇਮਿਨੈਂਟ ਵਾਇਲੈਂਸ ਦੀ ਨਹੀਂ ਗੱਲ ਹੁੰਦੀ ਉਨਾ ਚਿਰ ਤੁਸੀਂ ਇਸ ਲਾ ਨੂੰ ਜਿਹੜਾ ਹੈਗਾ ਸਮਝਦਾਰੀ ਦੇ ਨਾਲ ਜੁਡੀਸ਼ੀਅਸ ਵੇਅ ਦੇ ਨਾਲ ਇਸਤੇਮਾਲ ਕਰੋ ਇਸ ਕਾਨੂੰਨ ਚ ਕੋਈ ਪ੍ਰੋਬਲਮ ਨਹੀਂ ਹੈ। ਵੇਖੋ ਨਾ ਤੁਸੀਂ ਇਹ ਗੱਲ ਕੀਤੀ ਕਿ ਇੱਕ ਪਾਸੇ ਤੇ ਉਹ ਹਟਾ ਰਹੇ ਨੇ ਲਾ ਰਿਮੂਵ ਕਰ ਰਹੇ ਨੇ ਆਪਣੇ ਕੋਸੀ ਸਾਡੇ ਇਥੇ ਮੈਂ ਇੱਕ ਬਜਾਦ ਪੜ੍ਹਦੇ ਰਿਆਂ ਕਾਲਜ ਵਿੱਚ ਤੇ ਬਰਨਾਰਡ ਸ਼ਾ ਹੋਏ ਨੇ। ਹਾਂਜੀ ਬੜੇ ਤਗੜੇ ਰਾਈਟਰ ਵੀ ਸਨ ਉਹ ਸੋਸ਼ਲਿਸਟ ਵਿਚਾਰਧਾਰਾ ਦੇ ਸਨ। ਹਾਂਜੀ ਹਾਂਜੀ ਉਹਨਾਂ ਨੂੰ ਨਾ ਬੜੇ ਫੇਮਸ ਆ ਉਹਨਾਂ ਦੇ ਕੰਮ ਨੇ। ਹਾਂਜੀ ਉਹਨਾਂ ਨੂੰ ਇੱਕ ਇਸ਼ੂ ਆ ਗਿਆ ਦੇਖਦੇ ਵਿੱਚ ਅਦੇ ਤੇ ਉਹਨੇ ਕਿਹਾ ਵੀ ਮੈਂ ਨਾ ਫਲਾਣੀ ਪਾਰਕ ਚ ਸਪੀਚ ਕਰਾਂਗਾ ਅੱਛਾ ਜੀ ਹਾਂ ਜੀ ਉਹ ਉਥੇ ਪ੍ਰੈਸ ਵੀ ਆ ਕੇ ਇਕੱਠੀ ਹੋ ਗਈ ਤੇ ਉਹ ਕੱਲਾ ਬੰਦਾ ਬੰਦਾ ਕੋਈ ਨਹੀਂ ਆਇਆ ਲੇਕਿਨ ਉਹਨੇ ਇਸ ਆਪਣੀ ਜਿਹੜੇ ਵਿਚਾਰ ਸੀ ਉਹ ਰੱਖੇ ਉਹਨੇ ਤੇ ਪ੍ਰੈਸ ਨੂੰ ਦਿੱਤੇ ਅੱਛਾ ਜੀ ਵੈਰੀ ਗੁੱਡ ਹਾਂ ਜੀ ਪ੍ਰੈਸ ਨੂੰ ਦਿੱਤੇ ਤੇ ਪ੍ਰੈਸ ਨੇ ਉਹਨੂੰ ਪ੍ਰਿੰਟ ਕੀਤਾ ਉਹਦੇ ਆਪਣੇ ਪ੍ਰੈਸ ਹੀ ਹੁੰਦੀ ਸੀ ਉਹਦਾ ਪਹਿਲਾਂ ਜਦੋਂ ਬਰਨਾਰਡ ਸ਼ਾਹ ਹੁੰਦੇ ਸੀ ਆਹ ਪ੍ਰਿੰਟ ਕਰੇ ਉਹਦਾ ਅਸਰ ਇਹ ਹੋਇਆ ਵੀ ਜੋ ਬਰਨਾਰਡ ਸ਼ਾਹ ਦੀ ਪਸੈਲਿਟੀ ਸੀ ਉਹਨੇ ਜੋ ਕੀਆ ਕੀਤਾ ਜੋ ਬੋਲਿਆ ਇਸ਼ੂ ਦਿੱਤੇ ਉਹ ਪਾਰਲੀਮੈਂਟ ਵਿੱਚ ਉਹਦਾ ਲਿਆ ਗਿਆ ਇਸ਼ੂ ਲੈ ਬਣਾਇਆ ਗਿਆ ਕਿ ਇਹ ਬਰਨਾਰਡ ਸ਼ਾਹ ਵਰਗਾ ਬੰਦਾ ਜੇ ਕਹਿ ਰਿਹਾ ਤੇ ਇਹਨੂੰ ਸਾਨੂੰ ਡਿਸਕਸ ਕਰਨਾ ਚਾਹੀਦਾ ਇੱਕ ਬੰਦੇ ਨੇ ਡਿਸਕਸ ਕੀਤਾ ਉਹਨੂੰ ਕਹਿੰਦੇ ਡੈਮੋਕ੍ਰੇਸੀ ਹੁਣ ਜਦ ਕਿ ਹਿੰਦੁਸਤਾਨ ਦੇ ਵਿੱਚ ਸਾਡੇ ਮੋਦੀ ਸਾਹਿਬ 200 ਜਗ੍ਹਾ ਦੇਤੇ ਪ੍ਰੋਸੀਸ਼ਨ ਹੋ ਰਿਹਾ ਡਿਮੋਸਟ੍ਰੇਸ਼ਨ ਹੋ ਰਿਹਾਔਰ ਲੇਡੀਜ਼ ਕਰ ਰਹੀਆਂ ਔਰ ਯੂਥ ਕਰ ਰਿਹਾ ਜਦ ਕਿ ਡੈਮੋਕ੍ਰੇਸੀ ਜਦੋਂ ਇਹ ਇਸ਼ੂ ਆਗਰ ਉਹ ਜਦੋਂ ਮੋਦੀ ਸਾਹਿਬ ਨੇ ਇਹ ਟਿੱਪੋਤਲਾਗ ਦਾ ਕਾਨੂੰਨ ਪਾਸ ਕੀਤਾ ਬੀਜੇਪੀ ਸਰਕਾਰ ਨੇ ਮੋਦੀ ਸਰਕਾਰ ਕਹਿੰਦਾ ਬੀਜੇਪੀ ਕਹਿੰਦੀ ਮੋਦੀ ਸਰਕਾਰ ਹੀ ਹੈ ਹਾਂਜੀ ਹਾਂਜੀ ਤੇ ਉਹਨਾਂ ਨੇ ਕਿਹਾ ਜੀ ਇਹ ਜੀ ਮੁਸਲਮ ਲੇਡੀਜ਼ ਦੇ ਹੱਕ ਵਾਸਤੇ ਕਿਉਂਕਿ ਮੁਸਲਮ ਕਮਿਊਨਿਟੀ ਵਿੱਚ ਜਿਹੜੇ ਬੰਦੇ ਨੇ ਉਹਨਾਂ ਉਹਨਾਂ ਨੂੰ ਰਾਈਟ ਨਹੀਂ ਦਿੰਦੇ ਉਹਨਾਂ ਦੇ ਐਕਸਪਲੋਇਟੇਸ਼ਨ ਨੂੰ ਖਤਮ ਕਰਨ ਵਾਸਤੇ ਇਹ ਟਿੱਪੋਤਲਾਗ ਲਿਆਂਦਾ ਬੜੀ ਇਹਨਾਂ ਪ੍ਰਚਾਰ ਕੀਤਾ ਉਹਦਾ ਅਸਰ ਵੀ ਹੈ ਮੁਸਲਮ ਲੇਡੀਜ਼ ਨੇ ਵੋਟਾਂ ਵੀ ਪਾਈਆਂ ਇਹਨਾਂ ਨੂੰ ਹਮ ਹਮ ਬੜੀ ਤੇਦਾਦ ਵੋਟਾਂ ਪਈਆਂ ਬਾਕੀ ਹੋ ਕੇ ਚੰਗੀਆਂ ਵੋਟਾਂ ਪਈਆਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਅੱਜ ਉਹੀ ਮੁਸਲਮ ਲੇਡੀਜ਼ ਦੁਨੀਆਂ ਸੀਏ ਦੇ ਲਾ ਦੇ ਅੰਡਰ ਔਰ ਇਹ ਐਨਪੀਆਰ ਦੇ ਅੰਡਰ ਪ੍ਰੋਸੀਸ਼ਨ 200 ਜਗ੍ਹਾ ਦੇ ਪ੍ਰੋਸੀਸ਼ਨ ਹੋ ਰਿਹਾ ਇੱਕ ਪਾਸੇ ਦੇ ਮੁੱਖ ਮੰਤਰੀ ਸਾਹਿਬ ਧੰਗੀਆਂ ਦੇ ਰਿਹਾ ਪੇ ਤੁਹਾਨੂੰ ਅੰਦਰ ਕਰਦਾਂਗੇ ਔਰ ਅੱਛੀ ਅੱਛੀ ਪਰਸਨੈਲਿਟੀਆਂ ਦੇ ਬੱਚੇ ਆ ਰਹੇ ਆ ਘਰਾਂ ਦੇ ਚੰਗੇ ਚੰਗੇ ਰਾਈਟਰ ਜਿਹੜੇ ਰਾਣਾ ਗਗਾਗਾ ਸੀ ਉਹਦੀ ਬੇਟੀ ਫਿਰ ਹੋਰ ਕਈਆਂ ਦੇ ਬੱਚੇ ਆ ਰਹੇ ਆ ਉਹ ਪ੍ਰੋਸੀਸ਼ਨ ਕਰ ਰਹੇ ਆ ਔਰ ਮੋਦੀ ਸਾਹਿਬ ਗੁਵਾਰਾ ਹੀ ਨਹੀਂ ਸਮਝਦੇ ਜਾਂ ਕਿ ਡੈਮੋਕ੍ਰੇਸੀ ਵਿੱਚ ਡਾਇਲੌਗਸ ਦਾ ਪ੍ਰੋਸੈਸ ਹੈ ਸਮਵਾਦ ਚਾਹੀਦਾ ਸਮਵਾਦ ਚਾਹੀਦਾ ਨਾ ਦੇ ਬਾਹਰਲੇ ਬੰਦਿਆਂ ਨਾਲ ਸੁਬਾਤ ਕਰਦੇ ਆ ਕਿ ਪਾਕਿਸਤਾਨ ਨਾਲ ਕੀਤਾ ਚਲੋ ਜੀ ਦੁਸ਼ਮਣ ਮੁਲਕਿਆ ਤੇ ਨਾ ਹੀ ਆਪਣੇ ਮੁਲਕਾਂ ਨਾਲ ਇਹਦਾ ਸਾਬਤ ਹੁੰਦਾ ਵੀ ਇਹ ਜਿਹੜੀ ਮੈਟੈਲਟੀ ਇਹਨਾਂ ਦੀ ਹੈ ਇਹ ਕੀ ਬਣਾਉਣਾ ਚਾਹੁੰਦੀ ਮੁਲਕ ਨੂੰ ਦੇਖੋ ਸਮਵਾਦ ਸਮਵਾਦ ਤਾਂ ਬਹੁਤ ਜ਼ਰੂਰੀ ਹੈ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਇੱਕ ਅਧਿਕਾਰ ਹੁੰਦਾ ਹੈ ਕਿ ਜਿਹੜੀ ਵੀ ਸਰਕਾਰ ਕੰਮ ਕਰਦੀ ਹੈ ਉਹਨੂੰ ਕੁਐਸਚਨ ਕਰ ਸਕੇ ਠੀਕ ਹੈ ਔਰ ਸਰਕਾਰ ਨੂੰ ਹਮੇਸ਼ਾ ਰਾਈਟ ਹੁੰਦਾ ਹੈ ਕਿ ਉਹ ਕਿਸੇ ਵੀ ਵੇਲੇ ਜਿਹੜੇ ਉਸ ਨੂੰ ਕੁਐਸਚਨ ਕਰ ਰਹੇ ਆ ਉਸ ਦੇ ਨਾਲ ਸੰਵਾਦ ਕਰ ਸਕਦੀ ਹੈ ਉਹਦੇ ਨਾਲ ਉਸ ਨੂੰ ਡਾਇਲੌਗ ਦੇ ਵਿੱਚ ਇੰਗੇਜ ਕਰ ਸਕਦੀ ਹੈ ਠੀਕ ਹੈ ਇਹ ਬੜੀ ਮੰਦ ਭਾਗੀ ਗੱਲ ਹੈਗੀ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਦਿੱਲੀ ਦੇ ਵਿੱਚ ਤੇ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ 200 ਜਗ੍ਹਾ ਦੇ ਜੀ 200 ਜਗ੍ਹਾ ਦੇ ਉੱਤੇ ਜਿਹੜਾ ਹੈਗਾ ਡੈਮੋਨਸਟ੍ਰੇਸ਼ਨ ਚੱਲ ਰਿਹਾ ਪਰ ਕੋਈ ਵੀ ਜਿਹੜੀ ਜਿਹੜੀ ਰੋਲਿੰਗ ਪਾਰਟੀ ਹੈਗੀ ਆ ਉਹਨਾਂ ਵੱਲ ਇਨੀਸ਼ੀਏਟਿਵ ਨਹੀਂ ਲਿਆ ਗਿਆ ਪਹਿਲ ਕਦਮ ਪਹਿਲ ਕਦਮੀ ਨਹੀਂ ਕੀਤੀ ਗਈ ਕਿ ਇਹ ਜਿਹੜੇ ਲੋਕ ਸਾਨੂੰ ਕੁਐਸਚਨ ਕਰ ਰਹੇ ਆ ਜੋ ਵੀ ਅਸੀਂ ਕੀਤਾ ਹੈਗਾ ਸੀਏ ਹੈ ਜਾਂ ਐਨਪੀਆਰ ਬਾਰੇ ਕੋ ਗੱਲ ਹੈਗੀ ਹੈ ਤੇ ਸਾਨੂੰ ਇਹਨਾਂ ਨਾਲ ਸੰਵਾਦ ਕਰਨਾ ਚਾਹੀਦਾ ਦੇਖੋ ਡੈਮੋਕ੍ਰੇਸੀ ਦੀ ਇਹ ਸਪਿਰਟ ਹੈ ਦੇਖੋ ਜਦੋਂ ਤੁਸੀਂ ਡਾਇਲੌਗ ਕਰੋਗੇ ਉਹਨਾਂ ਦੀਆਂ ਕੁਝ ਪ੍ਰੋਬਲਮਸ ਤੁਹਾਨੂੰ ਸਮਝ ਲੱਗਣਗੀਆਂ ਜਦੋਂ ਹੁਣ ਜਿੱਦਾਂ ਕਈ ਵਾਰ ਇਹ ਵੀ ਆ ਜਾਂਦਾ ਕਿ ਸ਼ਹੀਨ ਬਾਗ ਦੇ ਵਿੱਚ ਤੋਂ ਲੇਡੀਜ਼ ਬੈਠੀਆਂ ਉਹਦੇ ਨਾਲ ਰਸਤਾ ਰੁਕਿਆ ਹੋਇਆ ਉੱਥੋਂ ਦੀ ਜਿਹੜੀ ਜਿਹੜੇ ਲੋਕ ਉਥੇ ਬਿਜ਼ਨਸ ਕਰਦੇ ਆ ਉਹ ਅਫੈਕਟ ਹੋਏ ਆ ਯੂ نو ਇਹ ਗੱਲਾਂ ਦਾ ਜੇ ਤੁਸੀਂ ਗੱਲਬਾਤ ਕਰੋਗੇ ਤਾਂ ਹੀ ਪਤਾ ਲੱਗੇਗਾ ਨਾ ਯੂ نو ਇਹਦਾ ਮਤਲਬ ਸਾਬਤ ਇਹ ਇਹ ਇਹਨਾਂ ਦੀ ਜਿਹੜੀ ਮੈਂਟੈਲਿਟੀ ਹੈ ਦੇਖੋ ਨਾ ਇਹ ਉਹੀ ਵੋਟਰ ਸਨ ਸੀ ਵੋਟਰ ਇਹਨਾਂ ਵੋਟਾਂ ਪਾਈਆਂ ਨਾਲੋਂ ਔਰ ਉਹਨਾਂ ਵੋਟਰਾਂ ਕੋਲੋਂ ਜਾਂ ਉਹਨਾਂ ਸਿਟੀਜ਼ਨ ਕੋਲੋਂ ਇਹ ਦੋਸਤਾਂਾਂ ਦੇ ਕੋਲੋਂ ਐਨਪੀਆਰ ਮੰਗ ਰਿਆ ਹੈ ਅੱਜ ਕਨੇ ਤੁਸੀਂ ਸਾਬਤ ਕਰੋ ਵੀ ਤੁਸੀਂ ਆਪਣੇ ਸਿਟੀਜ਼ਨ ਸਾਬਤ ਕਰੋ ਜੀ ਤੁਸੀਂ ਦੋਸਤਾਂ ਤੁਸੀਂ ਸਾਬਤ ਕਰੋ ਵੀ ਤੁਸੀਂ ਇੰਡੀਆ ਦੇ ਤੇ ਉਹਨਾਂ ਵੋਟਾਂ ਨਾਲ ਇਹਨਾਂ ਸਰਕਾਰ ਬਣਾ ਲਈ ਹੈ ਪਹਿਲਾਂ ਤੇ ਮੈਂ ਕਹਿੰਦਾ ਵੀ ਸਰਕਾਰ ਅਸਤੀਫਾ ਦੇਣਾ ਚਾਹੀਦਾ ਵੀ ਤਰੀ ਜਾਂ ਸੱਤ ਦਰਸਾਹ ਦੀ ਸਰਕਾਰ ਜਿੰਨੀਆਂ ਬੰਦੀਆਂ ਆ ਰਹੀਆਂ ਉਹ ਸਾਰੀਆਂ ਇਲੀਗਲੀ ਬੰਦੀਆਂ ਆ ਰਹੀਆਂ ਵੀ ਸ੍ਰੀ ਜਹਾਂ ਹਿੰਦੁਸਤਾਨ ਦੇ ਆਏ ਨਹੀਂ ਜਿਹੜਾ ਵੋਟਾਂ ਪਾਈਆਂ ਇਹਨਾਂ ਨੂੰ ਚਾਹ ਕਾਂਗਰਸ ਸਰਕਾਰ ਹੋਵੇ ਕਾਲੀ ਸਰਕਾਰ ਹੋਵੇ ਕੌਮਨ ਸਰਕਾਰ ਹੋਵੇ ਇਹ ਬੀਜੇਪੀ ਵਾਲੇ ਮਹਾਰਾਜ ਆਏ ਤੇ ਇਹਨਾਂ ਦੇ ਵੱਲੋਂ ਮਤਲਬ ਇਹਦਾ ਮਤਲਬ ਕਿ ਕਿਹੜੇ ਪਾਸੇ ਮੁਲਕ ਨੂੰ ਲਿਜਾ ਰਹੇ ਨੇ ਕਿ ਮੁਲਕ ਦਾ ਹਾਲ ਕੀ ਬਣੇਗਾ ਨਾ ਨੇਗੋਸ਼ੀਏਸ਼ਨ ਕੋਈ ਸ਼ਰਮ ਨਹੀਂ ਇਹ ਆਟੋਕ੍ਰੇਸੀ ਨੂੰ ਆਪਾਂ ਦੇ ਐਸੇ ਇਹਨਾਂ ਦਾ ਫਿਰ ਜਰਨਲ ਜਿਹੜੇ ਆਰਮੀ ਜਰਨਲ ਨੇ ਉਹ ਪੋਲਿਟੀਕਲ ਸਟੇਟਮੈਂਟ ਦੇ ਰਹੇ ਆ ਲਿਖਾ ਭਾਜੀ ਮੈਨੂੰ ਨਾ ਥੋੜੀ ਜੀ ਆਸ ਹੈਗੀ ਸੀ ਬਲਿ ਥੋੜੀ ਵੀ ਨਹੀਂ ਕਾਫੀ ਆਸ ਹੈਗੀ ਸੀ ਥੋੜੀ ਨਹੀਂ ਕਹਿ ਸਕਦਾ ਕਾਫੀ ਆਸ ਸੀ ਕਿ ਸੁਪਰੀਮ ਕੋਰਟ ਦਾ ਵੀ ਜਦੋਂ ਇਹ ਕੇਸ ਜਾਣਗੇ ਤਾਂ ਚਲੋ ਠੀਕ ਹੈ ਇਹ ਗੱਲ ਵੀ ਠੀਕ ਹੈ ਵੀ 60 ਕੇਸਾਂ ਦਾ ਹੀ ਅਜੇ ਜਵਾਬ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਪਟੀਸ਼ਨ ਪਏ ਆ ਉਹਦੇ ਬਾਰੇ ਸੈਂਟਰਲ ਗਵਰਨਮੈਂਟ ਨੇ ਦਿੱਤਾ ਅਜੇ 144 ਕੇਸ ਹੈਗੇ ਸਿਰਫ 60 ਦਾ ਹੀ ਜਵਾਬ ਆਇਆ ਅਜੇ ਅਜੇ ਗਵਰਨਮੈਂਟ ਆਫ ਇੰਡੀਆ ਤੋਂ ਜਵਾਬ ਨਹੀਂ ਆਇਆ ਮੇਰੇ ਡਾਕਟਰ ਸਾਹਿਬ ਵਿਚਾਰਾ ਕਰ ਰਹੇ ਉਹਨਾਂ ਨੇ ਉਹਨਾਂ ਨੇ ਜਿਹੜਾ ਹੈਗਾ ਮੰਗ ਕੀਤੀ ਹੈ ਤਿੰਨ ਚਾਰ ਹਫ਼ਤਿਆਂ ਦੀ ਯੂ ਨੋ ਹੁਣ ਉਹ ਜਿਹੜੀ ਗੱਲ ਹੈਗੀ ਹੈ ਉਹ ਬਿਲਕੁਲ ਠੀਕ ਹੈ ਪਰ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਕੋਲ ਇਹ ਤਾਂ ਪਾਵਰ ਹੈਗੀ ਸੀ ਉਹਨਾਂ ਨੂੰ ਵੀ ਪਤਾ ਕਿ ਸਾਰੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਉੱਤੇ ਡੈਮੋਨਸਟ੍ਰੇਸ਼ਨ ਹੋ ਰਹੇ ਆ ਜੇ ਡੈਮੋਨਸਟ੍ਰੇਸ਼ਨ ਹੋ ਰਹੇ ਆ ਤਾਂ ਸੁਪਰੀਮ ਕੋਰਟ ਇਹ ਤੱਕ ਟੋਕਟ ਕਰ ਸਕਦੀ ਸੀ ਕਿ ਜਿੰਨਾ ਚਿਰ ਇਸ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਨਾ ਇੰਪਲੀਮੈਂਟ ਕਰੋ ਚਲੋ ਸੀਏ ਨਾ ਕਰੋ ਜਾਂ ਐਨਪੀਆਰ ਨਾ ਕਰੋ ਯੂ نو ਜੇ ਆਪਾਂ 4 ਮਹੀਨੇ 4 ਹਫ਼ਤਿਆਂ ਦੀ ਗੱਲ ਹੀ ਹੈਗੀ ਆ ਤੇ 4 ਹਫ਼ਤਿਆਂ ਬਾਅਦ ਜੇ ਸੁਪਰੀਮ ਕੋਰਟ ਕਹਿੰਦੀ ਹੈ ਦੇਖੋ ਲਾ ਨਹੀਂ ਪ੍ਰਵਲ ਕਰਨਾ ਨਾ ਜਿਸ ਸੁਪਰੀਮ ਕੋਰਟ ਕਹਿੰਦੀ ਹੈ ਵੀ ਨਹੀਂ ਇਹ ਜਿਹੜਾ ਲਾਸ ਪਾਰਲੀਮੈਂਟ ਨੇ ਬਣਾਇਆ ਠੀਕ ਹੈ ਤੇ ਵੀ ਠੀਕ ਹੈ ਫਿਰ ਲੋਕਾਂ ਨੂੰ ਮਨਜ਼ੂਰ ਹੈ ਨਹੀਂ ਮਨਜ਼ੂਰ ਤੇ ਹੈਗਾ ਫਿਰ ਪਰ ਉਹ ਉੱਥੇ ਵੀ ਤੇ ਮੈਨੂੰ ਐ ਲੱਗੰਦਾ ਵੀ ਦਾਲ ਚ ਕਾਲਾ ਕੁਝ ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਅਸੀਂ ਗੜਬੜ ਜੀ ਲੱਗ ਰਹੀ ਹੈ ਸਿਸਟਮ ਦੇ ਵਿੱਚ ساری ਵੀ ਗੜ ਸਾਰਾ ਸਿਸਟਮ ਹੀ ਚਰਮਰਾ ਰਿਹਾ ਨਹੀਂ ਸੁਪਰੀਮ ਕੋਰਟ ਦਾ ਸਟੇਟਸ ਠੀਕ ਹੈ ਲੋਕਾ ਸ਼ੱਕ ਕਰ ਰਹੇ ਐ ਤੇ ਲੋਕਾਂ ਦੀ ਗੱਲ ਕਰਨੀ ਹੈ ਐਂ ਤੇ ਨਹੀਂ ਆਨੇ ਬਸਾਰੇ ਆਏ ਤੇ ਮਾਨ ਕਰਦੇ ਆ ਆਪਣੇ ਸੁਪਰੀਮ ਕੋਰਟ ਤੇ ਉਥੋਂ ਦੀ ਜੁਡੀਸ਼ਰੀ ਤੇ ਮਾਨ ਕਰਦੇ ਆ ਪਰ ਜੋ ਹਾਲਾਤ ਪੈਦਾ ਹੋ ਰਹੇ ਨੇ ਉਹਦੇ ਮੁਤਾਬਕ ਜਿਹੜੀਆਂ ਚੀਜ਼ਾਂ ਐਮਰਜੈਂਸੀ ਚ ਜ਼ਰੂਰਤ ਨੇ ਦੇ ਮੁਲਕ ਨੂੰ ਜਾਂ ਕੱਟਣ ਦੀ ਲੋੜ ਆ ਇਕਨੋਮਿਕਸ ਦੀ ਕਿੰਨੀ ਹਾਲਤ ਮਾੜੀ ਆ ਤੇ ਪਾਕਿਸਤਾਨ ਬਰੂਲ ਕਰੀ ਜਾ ਰਿਹਾ ਹੈ ਇਹ ਥੱਲੇ ਦਿਖੀ ਜਾਂਦੇ ਹੂੰ ਹੂੰ ਔਰ ਇਲੈਕਸ਼ਨ ਆ ਗਈਆਂ ਦਿੱਲੀ ਦੀਆਂ ਬਲਕਿ ਬਲਕਿ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਸੀ ਨਾ ਵੀ ਜਿੱਦਾਂ ਹੁਣ ਆਪਾਂ ਕਹਿੰਦੇ ਸੀ ਕਿ ਜਿਹੜਾ ਆਈਪੀਸੀ ਐਨੂੰ ਰੀਵਿਜ਼ਿਟ ਕੀਤਾ ਜਾਏ 154 ਐਨੂੰ ਰੀਵਿਜ਼ਿਟ ਕੀਤਾ ਜਾਏ ਮੈਂ ਤਾਂ ਕਹਿੰਦਾ ਵੀ ਅੱਪਾ ਕਹਿੰਦੇ ਆ ਕਿ ਇਹਦੇ ਨਾਲ ਕਿਸੇ ਇੱਕ ਬੰਦੇ ਦੇ ਭਾਸ਼ਣ ਦੇ ਨਾਲ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਠੀਕ ਹੈ ਤੇ ਉਹ ਉਹਨੇ ਉਸੇ ਪਾਦੋ ਵੀ ਸਾਬਤ ਕਰ ਮੇਰੀਆਂ ਕਿਤਾਬਾਂਵਾਂ ਮਤਲਬ ਹਰਟ ਹੋਈਆਂ ਹੂੰ ਹੂੰ ਦੇਖੋ ਬਜਾਏ ਇਸ ਦੇ ਕਿ ਇੱਕ ਬੰਦੇ ਨੂੰ ਤੁਸੀਂ ਫੜ ਕੇ ਅੰਦਰ ਦੇ ਦੋ ਔਰ ਨੋਨ ਅਵੇਲੇਬਲ ਉਹਦਾ ਆਫੈਂਸ ਬਣਾ ਦੋ ਬਟ ਰ ਵੀ ਜਿਹੜਾ ਬੰਦਾ ਕਹਿੰਦਾ ਕਿ ਮੇਰੀਆਂ ਹਰਟ ਹੋਈਆਂ ਲੈਟ ਹਿਮ ਗੋ ਟੂ ਦਾ ਕੋਰਟ ਮੈਂ ਕੱਲ ਸੁਣ ਰਿਹਾ ਸੀ ਇਹ ਲੇਡੀਜ਼ ਸਪੀਚ ਹੈ ਉਹ ਲੇਡੀਜ਼ ਚਰੀਆਂ ਕਹਿੰਦੀਆਂ ਵੀ ਸਾਰ ਨੂੰ ਕਿ ਯਾਰ ਗੱਲ ਹੀ ਨਹੀਂ ਕੀਤੀ ਨੇ ਇਹ ਇਹ ਗੱਲ ਠੀਕ ਹੈ ਵੀ ਉਹਨਾਂ ਨਾਲ ਡਾਇਲੌਗ ਨਹੀਂ ਹੋਇਆ ਬੜੀ ਡਾਇਲੌਗਸ ਵੀ ਉਤਰਲੇ ਘਟਣ ਨਹੀਂ ਇਹ ਵੀ ਸਾਡੇ ਨਾਲ ਗੱਲ ਦੇ ਕਰੋ ਦੇਖੋ ਲੋਕਤੰਤਰ ਚ ਗੱਲਬਾਤ ਬਹੁਤ ਜਰੂਰੀ ਹੈ ਨਹੀਂ ਮਤਲਬ ਡਿਟੇਟਰਸ਼ਿਪ ਇੰਨਾ ਟੀਟਪਣ ਇਦਾਂ ਤੇ ਚੱਲਦਾ ਨਹੀਂ ਮੁਲਕ ਇਹਦਾ ਮੁਲਕ ਵਿੱਚ ਕਿਉਂਕਿ 25 ਕਰੋੜ ਦੀ ਪਾਪੂਲੇਸ਼ਨ ਆ ਬਾਈ ਤੋਂ 25 ਕਰੋੜ ਦੀ ਪਾਪੂਲੇਸ਼ਨ ਉਹਨਾਂ ਦੀ ਮੁਸਲਮਾਨ ਕਮਿਊਨਿਟੀ ਫਿਰ ਸਿੱਖ ਕਮਿਊਨਿਟੀ ਆ ਨਹੀਂ ਸ਼ਰਮਾ ਜੀ ਇੱਕ ਹੋਰ ਬੜੀ ਅਜੀਬ ਗੱਲ ਹੈਗੀ ਆ ਦੇਖੋ ਜਿੱਦਾਂ ਲੇਡੀਜ਼ ਬਾਹਰ ਨਿਕਲ ਕੇ ਆਈਆਂ ਹੈਗੀਆਂ ਸਾਰੀਆਂ ਕਮਿਊਨਿਟੀਆਂ ਦੀਆਂ ਆਈਆਂ ਹੈਗੀਆਂ ਦੂਜੇ ਪਾਸੇ ਇੱਕ ਬੜੀ ਮੰਦ ਭਾਗੀ ਉਹ ਆਪਣਾ ਸਟੈਂਡਿੰਗ ਕਲੀਅਰ ਕਰ ਲੇ। ਓਪਨਲੀ ਨਹੀਂ ਆ ਰਹੀ ਇਸ ਚੀਜ਼ ਬਾਰੇ। ਜਦੋਂ ਕਿ ਉਹਨਾਂ ਚਾਹੀਦਾ ਉਹ ਵੀ ਕੁਐਸਚਨ ਕੁਐਸਚਨਿੰਗ ਜਿਆ ਲੇਕਿਨ ਉਹਨਾਂ ਲੇਡੀਜ਼ ਨੇ ਕਿਹਾ ਵੀ ਅਸੀਂ ਚਾਹੁੰਦੇ ਨਹੀਂਗੇ ਵੀ ਕੋਈ ਪੋਲੀਟੀਕਲ ਪਾਰਟੀ ਸਾਡੇ ਕੋਲ ਆਵੇ ਤੇ ਅਸੀਂ ਸਾਨੂੰ ਪੋਲੀਟੀਕਲ ਰੰਗ ਦਿੱਤੀ ਜਾਵੇ। ਇਹ ਵੀ ਉਹਨਾਂ ਨੇ ਕਿਹਾ। ਨਹੀਂ ਉਹ ਸਾਰਾ ਪੋਲੀਟੀਕਲ ਪਾਰਟੀਆਂ ਇਸ ਕਰਕੇ ਵੀ ਨਾ ਜਾਂਦੀਆਂ ਹੁਣ। ਦੇਖੋ ਪੋਲੀਟੀਕਲ ਪਾਰਟੀ ਕੋਈ ਵੀ ਨਹੀਂ ਆਈ। ਔਰ ਉਹਨਾਂ ਨੇ ਉਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਹੈਗੀ ਆ ਉਹ ਵੀ ਸਪਸ਼ਟ ਨਹੀਂ ਕੀਤੀ ਕਿ ਅਸੀਂ ਕਿਸ ਪਾਸੇ ਖੜੇ ਆ। ਦੇਖੋ ਜਦੋਂ ਪਾਰਲੀਮੈਂਟ ਦੇ ਵਿੱਚ ਬਿਲ ਪਾਸ ਹੋਣਾ ਸੀ ਉਹ ਕਿਦਾਂ ਹੋ ਗਿਆ? ਇਹਦਾ ਮਤਲ ਦੇ ਕੋਈ ਕਿਸ ਨਾ ਕਿਸੇ ਮਰਜ਼ੀ ਬਿਨਾ ਤਾਂ ਹੋਇਆ ਨਹੀਂ ਬਿਲਕੁਲ ਹੁਣ ਕਾਰਪਰਲਮੈਂਟ ਦੇ ਪਾਸ ਹੋ ਗਿਆ ਕੱਲ 50 ਦਾ ਮੈਂ 24 ਤਰੀਕ 25 ਨੂੰ ਕਿਹਾ ਮੇਰਾ ਕਿ ਪੰਜਾਬ ਬੰਦ ਦਾ ਵੀ ਚੱਦਾ ਆਇਆ ਇਸੇ ਮਸਲੇ ਤੇ ਗੱਲ ਵੱਧਦੀ ਜਾ ਰਹੀ ਘਟਦੀ ਨਹੀਂ ਪਈ ਉਹ ਸੋ ਜੇ ਆਪਾਂ ਕਹਿੰਦੇ ਆਂ ਕਿ ਇੱਕ ਇੱਕ ਪੋਲੀਟਿਕਲ ਪਾਰਟੀ ਹੈਗੀ ਐ ਜੇ ਤੁਸੀਂ ਅੱਜ ਇੱਕ ਏ ਰੂਲਿੰਗ ਪਾਰਟੀ ਐ ਕੱਲ ਨੂੰ ਵੀ ਨਹੀਂ ਰੂਲਿੰਗ ਪਾਰਟੀ ਬਣ ਜਾਣਾ ਹੈਗਾ ਤਾਂ ਤੁਹਾਨੂੰ ਆਪਣੀ ਪੋਜੀਸ਼ਨ ਤਾਂ ਸਪਸ਼ਟ ਕਰਨੀ ਚਾਹੀਦੀ ਐ ਕਿਉਂਕਿ ਤੁਸੀਂ ਇੱਕ ਡੈਮੋਕਰੈਟਿਕ ਕੰਟਰੀ 'ਚ ਰਹੇ ਹੋ ਗਿਓਂ ਤੁਸੀਂ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਹੈਗੀਆਂ ਉਹਨਾਂ ਦੇ ਸਿਰ ਤੇ ਹੀ ਤਾਂ ਪੁਆਇੰਟਸ ਬਣਾਣੇ ਉਹਨਾਂ ਦੇ ਸਿਰ ਤੇ ਤੁਸੀਂ ਸਟੇਜਾਂ ਦੇ ਉੱਤੇ ਜਾ ਕੇ ਵੋਟਾਂ ਮੰਗਣੀਆਂ ਜੇ ਤੁਸੀਂ ਅੱਜ ਜਿਹੜੇ ਲੋਕ ਅੱਜ ਪਰੇਸ਼ਾਨ ਹੋ ਕੇ ਸੜਕਾਂ ਤੇ ਬੈਠੇ ਹੈਗੇ ਆ ਤੁਸੀਂ ਉਹ ਦੇਖੋ ਮੈਂ ਨਹੀਂ ਕਹਿੰਦਾ ਤੁਸੀਂ ਉਹਦੇ ਪੱਖ ਚ ਜਾਓ ਜਾਂ ਖਿਲਾਫ ਜਾਓ ਘੱਟੋ ਘੱਟ ਤੁਸੀਂ ਕੋਈ ਸਟੈਂਡ ਤਾਂ ਰੱਖੋ ਇਹਦਾ ਮਤਲਬ ਇਹ ਹੋਇਆ ਨਾ ਇੱਕ ਉਹ ਆਈਸੀਐਸ ਅਫਸਰ ਸੀ ਪੰਜਾਬ ਦਾ ਹਾਂਜੀ ਮੈਂ ਨਾਂ ਨਹੀਂ ਲੈਣਾ ਹਾਂਜੀ ਉਹ ਕਦਾਬ ਹੀ ਬੈਂਡ ਹੋ ਗਈ ਸੀ ਉਹਦੀ ਅੱਛਾ ਜੀ ਤੇ ਉਹਨੇ ਆਪਣਾ ਇੱਕ ਰਾਈਟ ਬੜੀ ਵੱਡੀ ਫੇਮਸ ਬੁੱਕ ਸੀ ਉਨੇ ਕਹੇ ਕਿ ਅਸੀਂ ਵੀ ਜਿਹੜਾ ਹਿੰਦੁਸਤਾਨ ਦੀ ਸਰਕਾਰ ਚਾਹੇ ਕਾਂਗਰਸੀ ਸਰਕਾਰ ਹੋਵੇ ਜਾਂ ਕਿਸੇ ਦੀ ਸਰਕਾਰ ਹੋਵੇ ਬੇਸਿਕਲੀ ਹਿੰਦੂ ਮੈਂਟੈਲਿਟੀ ਦੇ ਲੋਕ ਨੇ ਉਹਨੇ ਜੁਡੀਸ਼ੀ ਸਿਸਟਮ ਤੇ ਵੀ ਅਟੈਕ ਕੀਤਾ ਸੀ ਹਰ ਸਿਸਟਮ ਤੇ ਅਟੈਕ ਕੀਤਾ ਕਿਉਂਕਿ ਪੰਜਾਬ ਦੇ ਸਿੱਖਾਂ ਦੇ ਬਾਰੇ ਉਹਦੀ ਡਿਮਾਂਡਸ ਜਿਹੜੀਆਂ ਹੈ ਜੇ ਜੇ ਪੰਜਾਬ ਦੇ ਸਿੱਖਾਂ ਨਾਲ ਕੀ ਇਨਜਸਟਿਸ ਹੋਇਆ ਉਹ ਉਹਨਾਂ ਇਹ ਸਾਹਮਣੇ ਹੋ ਰਿਹਾ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਸਿਰਫ ਵੋਟਾਂ ਦੇ ਨਾਲ ਨਹੀਂ ਇਹ ਇਸ ਇਸ਼ੂ ਦੇ ਨਾਲ ਨਹੀਂ ਵੋਟਾਂ ਵੀ ਫਿਰਕਿਆਂ ਦੇ ਕਿਤਨਾ ਕਿ ਕਿ ਫਿਰ ਕੇ ਨੂੰ ਬੇਕੂ ਬਣਾ ਕੇ ਬੋਡਾਂ ਲੈਣੀ ਹੈ ਇਹ ਕਾਂਗਰਸ ਵੀ ਐਕਸਪੋਜ਼ ਹੋ ਗਈ ਹੈ ਹਮਮ ਔਰ ਅਦੁੱਜੀ ਹੁਣ ਇਹਦੇ ਜੇ ਰਿਜ਼ਲਟ ਇਹ ਨਿਕਲਾ ਵੀ ਜਿਹੜੀ ਸਭ ਤੋਂ ਵੱਡੀ ਹੈਰਾਨਗੀ ਦੀ ਵੇਖਣ ਵਾਲੀ ਗੱਲ ਆ ਪੀ ਯੂਥ ਨਿਕਲ ਕੇ ਬਾਹਰ ਆ ਰਿਹਾ ਹੈ ਯੂਥ ਲੀਡਰਸ਼ਿਪ ਨਿਕਲ ਕੇ ਬਾਹਰ ਆ ਰਹੀ ਹੈ ਸਰਮਾ ਜੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਯੂਥ ਬਾਹਰ ਆਇਆ ਹੁਣ ਇਸ ਵੇਲੇ ਸੜਕਾਂ ਤੇ ਆਇਆ ਹੈ ਉਹਨਾਂ ਦਾ ਜੇ ਤੁਸੀਂ ਅਵੇਰਨੈਸ ਲੈਵਲ ਦੇਖੋ ਬਹੁਤ ਤਗੜਾ ਦੇ ਕੋਰਨਾ ਨੂੰ ਕੋਈ ਕੁਐਸਚਨ ਕਰੋ ਐਟ ਰੈਂਡਮ ਜਵਾਬ ਦੇਦੇ ਕੁੜੀਆਂ ਜਿੰਨੀਆਂ ਬੰਦੇ ਯਾਰ ਇਹਨੇ ਪੋਜੀਸ਼ਨ ਟੂ ਅਨਸਰ ਆਲਸੋ ਇਹਨਾਂ ਕੁੜੀਆਂ ਨੇ ਐਚਐਚਐਸ ਕੁਐਸਚਨਸ ਦਾ ਜਵਾਬ ਦੇ ਰਹੀਆਂ ਸੀ ਪਰ ਟਿਪੀਕਲ ਕੁਐਸਚਨਸ ਹੀ ਉਹਨਾਂ ਦੇ ਉੱਤੇ ਜਵਾਬ ਦੇ ਰਹੀਆਂ ਸੀ ਬਰੇ ਇਹਦਾ ਮਤਲਬ ਐਜੂਕੇਟਿਡ ਨੇ ਉਹ ਇਹਦਾ ਮਤਲਬ ਹੈ ਕਿ ਜਿਹੜਾ ਜਿਹੜੀ ਆਪਣੀ ਡੈਮੋਕ੍ਰੇਸੀ ਹੈ ਇਹਦੇ ਵਿੱਚ ਮੈਚਿਓਰਿਟੀ ਆ ਰਹੀ ਹੈ ਔਰ ਮੇਰਾ ਖਿਆਲ ਹੈ ਕਿ ਜਿਹੜੀਆਂ ਪੋਲਿਟਿਕਲ ਪਾਰਟੀਆਂ ਹੈਗੀਆਂ ਇਹਨਾਂ ਨੂੰ ਵੀ ਆਪਣੇ ਜਿਸ ਤਰ੍ਹਾਂ ਦਾ ਚੇਂਜਸ ਡੈਮੋਕ੍ਰੇਸੀ ਸਿਸਟਮ ਦੇ ਵਿੱਚ ਆ ਰਹੇ ਹੈ ਜਿਸ ਤਰ੍ਹਾਂ ਦੀ ਅਵੇਅਰਨੈਸ ਲੋਕਾਂ 'ਚ ਵੱਧ ਰਹੀ ਹੈਗੀ ਉਸ ਮੁਤਾਬਕ ਇਹ ਜਿਹੜੀ ਪੋਲਿਟਿਕਲ ਪਾਰਟੀ ਹੈਗੇ ਇਹਨਾਂ ਨੂੰ ਵੀ ਉਹ ਪੁਰਾਣੀ ਸਟਰੈਟਜੀ ਛੱਡ ਦੇਣੀ ਚਾਹੀਦੀ ਹੈ ਕਿ ਵੀ ਇਹ ਤਾਂ ਸਾਡਾ ਵੋਟ ਬੈਂਕ ਹੈਗਾ ਜਦੋਂ ਮਰਜ਼ੀ ਜੀ ਕੀਤਾ ਤੇ ਕੱਲ ਮੈਂ ਨਾ ਇੱਕ ਪੜ੍ਹ ਰਿਹਾ ਸੀ ਵੀ ਅਸੀਂ ਵੋਟਾਂ ਲੈ ਲਾਂਗੇ ਇੱਕ ਐਸਸ ਹੁੰਦਿਆ ਸੀ ਇੱਕ ਕੈਪਸ਼ਨ ਜਿਆ ਡਾਕਟਰ ਗਰਗ ਹੈਗੇ ਨੇ ਪੰਜਾਬ ਚ ਅੱਛਾ ਜੀ ਇਹ ਬੜੇ ਵਿਦਵਾਨ ਲਿਟਰੇਚਰ ਦੇ ਬੰਦੇ ਨੇ ਡਾਕਟਰ ਹਾਂਜੀ ਔਰ ਬੜੇ ਪੋਜ਼ਿਟਿਵ ਸੋਚਦੇ ਰਹਿਣ ਬੰਦੇ ਨੇ ਹਾਂਜੀ ਔਰ ਉਹਨਾਂ ਦਾ ਬੜਾ ਵਧੀਆ ਕਾਰਿਆ ਸੀ ਬੜੀ ਉਹਨਾਂ ਨੇ ਐਨਾਲਿਸਿਸ ਕੀਤਾ ਵੀ ਇਹ ਜਿਹੜੇ ਕਰ ਰਹੀ ਸਰਕਾਰ ਜਾਂ ਜਿੰਨਾ ਵੀ ਕਰ ਰਹੇ ਨੇ ਇਹ ਕਰ ਤੇ ਬੜਾ ਮਾੜਾ ਰਿਹਾ ਹੂੰ ਲekin ਜਿਹੜੀ ਚੀਜ਼ ਇਹ ਐਵੋਲੂਸ਼ਨ ਦੀ ਪੋਜੀਸ਼ਨ ਹੈ ਇਹ ਅਗਰ ਇਹ ਕਰਨਗੇ ਤਾਂ ਜੇ ਨਹੀਂ ਹਟਣਗੇ ਤੇ ਇਹਦੇ ਵਿੱਚੋਂ ਇਹਨਾਂ ਜ਼ੁਲਮ ਹੀ ਹੋਏਗਾ ਇਹ ਕ੍ਰਸ਼ ਵੀ ਕਰਨ ਦੀ ਕੋਸ਼ਿਸ਼ ਕਰਨਗੇ ਇਹ ਨਵਾਂ ਜਲਿਆਲਾ ਬਾਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਅਗਰ ਇਹ ਕਰਨ ਦੀ ਕੋਸ਼ਿਸ਼ ਕਰਨਗੇ ਉਹਦੇ ਵਿੱਚੋਂ ਇੱਕ ਨਵਾਂ ਬੱਚਾ ਪੈਦਾ ਹੋਏਗਾ ਠੀਕ ਹੈ ਨਵਾਂ ਬੱਚਾ ਪੈਦਾ ਹੋ ਜਿਹੜੀ ਨਵੀਂ ਸਿਹਤ ਮਿਲੇਗੀ ਸਮਾਜ ਨੂੰ ਬੰਸਰ ਕੋਈ ਵੀ ਸਤਗਰ ਇਹ ਕੈਸਾ ਨਾ ਹੋਵੇ ਕਿ ਉਹ ਨਵਾਂ ਬੱਚਾ ਪੈਦਾ ਕਰਦੇ ਕਰਦੇ ਅਸੀਂ ਦੇਸ਼ ਆਜ਼ਾਦ ਹੋਇਆ ਅਸੀਂ ਸਾਡਾ 70 ਸਾਲ ਹੋ ਗਿਆ ਇਕਨੋਮਿਕ ਲੀਆ ਦੇ ਆਇਆ ਤੇ ਉਹ ਸਾਰਾ ਤਾਣਾ ਬਾਣਾ ਹੀ ਸਾਰਾ ਮੁਲਕ ਦਾ ਅਫਸਰਟ ਹੋ ਜਾਏ ਦੇਖੋ ਆਪਾਂ ਜਿੱਦਾਂ ਪਹਿਲਾਂ ਵੀ ਮੀਟਿੰਗ ਤੇ ਆਪਾਂ ਪਹਿਲੇ ਵੀ ਐਪੀਸੋਡ ਚ ਗੱਲ ਕੀਤੀ ਸੀ ਕਿ ਸਰਕਾਰ ਨੂੰ ਇਹ ਜਿਹੜੇ ਇਸ਼ੂਜ਼ ਆ ਇਹਨੂੰ ਫੋਕਸ ਨਹੀਂ ਕਰਨਾ ਚਾਹੀਦਾ ਬਲਕਿ ਜਿਹੜੇ ਇਕਨੋਮਿਕ ਇਸ਼ੂਜ਼ ਹੈਗੇ ਆ ਉਹਨਾਂ ਦੇ ਫੋਕਸ ਕਰਨਾ ਚਾਹੀਦਾ ਕਿਉਂਕਿ ਇਸ ਵੇਲੇ ਜਿਹੜੀ ਇੰਡੀਆ ਦੀ ਪੋਜੀਸ਼ਨ ਹੈ ਇਕਨੋਮਿਕ ਫਰੰਟ ਤੇ ਉਹ ਚੰਗੀ ਨਹੀਂ ਹੈ ਉਹ ਆਈਐਮਐਫ ਨੇ ਵੀ ਪਿੱਛੇ ਘਟਾਤੀ ਹੈ ਯੈਸ ਅਪਾ ਚ ਪੜ ਪੜ ਰਿਆ ਸੀ ਮੈਂ ਉਹ ਡੀਟੇਲ ਕਿਤੇ ਡਿਸਕਸ ਕਰਾਂਗੇ ਉਹਦੇ ਬਾਰੇ ਕਿਉਂਕਿ ਉਹ ਬੜਾ ਵੱਡਾ ਸਬਜੈਕਟ ਹੈ ਔਰ ਉਹ ਮੈਂ ਹੁਣ ਆਪਾਂ ਚਲੋ ਆਉਣੇ ਆ ਇਲੈਕਸ਼ਨਾਂ ਤੇ ਹਾਂਜੀ ਤੇ ਦੱਸੋ ਇਲੈਕਸ਼ਨਾਂ ਬਾਰੇ ਕੋਈ ਦਿੱਲੀ ਚ ਹੋਰੀਆਂ ਨੇ ਕੋਈ ਤੁਹਾਡਾ ਵਿਚਾਰ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਮੈਂ ਫੀਲ ਕਰਦਾ ਹਾਂ ਕਿ ਇੱਕ ਨਵਾਂ ਫੈਨੋਮਨਾ ਚੱਲਿਆ ਦੇਖੋ ਕਿੰਨੇ ਸਾਲਾਂ ਤੋਂ ਅਕਾਲੀ ਦਲ ਤੇ ਜਿਹੜੀ ਭਾਜਪਾ ਹੈ ਇਹਨਾਂ ਦਾ ਸਾਥ ਚੱਲ ਰਿਹਾ ਸੀ ਔਰ ਇੱਕ ਆਮ ਤੌਰ ਤੇ ਸਟੇਜਾਂ ਤੇ ਕਿਹਾ ਜਾਂਦਾ ਸੀ ਕਿ ਬੀਜਪੀ ਤੇ ਜਿਹੜਾ ਅਕਾਲੀ ਦਲ ਆ ਇਹਦਾ ਨੌ ਮਾਸ ਦਾ ਰਿਸ਼ਤਾ ਹੈ ਉਹ ਪਹਿਲਾਂ ਤੇ ਕੁਝ ਫਿੱਕਾ ਪੈ ਗਿਆ ਜਦੋਂ ਹਰਿਆਣੇ ਦੇ ਇਲੈਕਸ਼ਨ ਆਉਣੀ ਆ ਤੇ ਹੁਣ ਜਿਹੜਾ ਫਿਰ ਫਿੱਕਾ ਪੈ ਗਿਆ ਜਦੋਂ ਦਿੱਲੀ ਦੇ ਇਲੈਕਸ਼ਨ ਆ ਸ਼ਰਮਾ ਜੀ ਤੁਸੀਂ ਕੀ ਸਮਝਦੇ ਆ ਵੀ ਇਹ ਜਿਹੜੀ ਨਵਾਂ ਫੀਨੋਮਨਾ ਚੱਲਿਆ ਹੈ ਇਹ ਕਿਸ ਪਾਸੇ ਨੂੰ ਚੱਲ ਰਿਹਾ ਦੇਖੋ ਜਿਹੜੀ ਚੀਜ਼ ਹੈ ਨਾ ਬਿੱਲਾ ਤੇ ਮੈਂ ਆਉਣਾ ਦਿੱਲੀ ਦੇ ਉੱਤੇ ਦਿੱਲੀ ਦੇ ਜਿਹੜੇ ਕੇਜਰੀਵਾਲ ਦੀ ਸਭ ਤੋਂ ਵੱਡੀ ਮੈਂ ਕ੍ਰੈਡਿਬਿਲਟੀ ਕਹਿੰਦਾ ਵੀ ਉਸ ਬੰਦੇ ਨੇ ਆਪਣੀ ਡਵੈਲਪਮੈਂਟ ਦੇ ਆਧਾਰ ਤੇ ਲੇ ਕੰਮ ਕੀਤੇ ਨੇ ਉਹ ਆਪਣਾ ਰਿਪੋਰਟ ਕਾਰਡ ਦਿੱਤਾ ਲੋਕਾਂ ਨੂੰ ਬਿਲਕੁਲ ਠੀਕ ਔਰ ਉਹਦੇ ਬੇਸ ਤੇ ਉੱਤੇ ਉਹਨੇ ਲੋਕਾਂ ਨੂੰ ਵੋਟਾਂ ਮੰਗ ਰਿਆ ਵੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟਾਂ ਦਿਓ ਨਹੀਂ ਤੇ ਨਾ ਦਿਓ ਤੇ ਉਹਦਾ ਨਾ ਹੋਇਆ ਕੀ ਹੈ ਵੀ ਤੁਸੀਂ ਦੇਖ ਲਿਆ ਹੋਣਾ ਪਿਛੇ 6 ਘੰਟੇ ਉਹਨਾਂ ਨੂੰ ਪਟਾਕੇ ਰੱਖਿਆ ਵੀ ਤੈਨੂੰ ਨੋਮੀਨੇਸ਼ਨ ਪੇਪਰ ਨਹੀਂ ਭਰਨ ਦੇਣੇ ਬਣਾ ਕੇ ਰੱਖਿਆ ਨੰਬਰ 1 ਨੰਬਰ 2 ਉਹਦੇ ਵਿੱਚ ਇਹ ਤੇ ਬੜੀ ਵੱਡੀ ਉਹਦਾ ਕਹਿੰਦੇ ਆ ਵੀ ਅਪਰ ਹੈਂਡ ਹੈਗਾ ਲੇਕਿਨ ਜਿਹੜੀ ਇੱਕ ਇਲੈਕਸ਼ਨ ਹੁੰਦੀ ਹੈ ਨਾ ਇਹ ਬੜੀ ਤਗੜੀ ਇੰਜੀਨੀਅਰਿੰਗ ਦੇ ਹੁੰਦੀ ਹੈ ਸੋਸ਼ਲ ਇੰਜੀਨੀਅਰਿੰਗ ਹੁੰਦੀ ਹੈ ਇਲੈਕਸ਼ਨ ਲੜਨੀ ਕਿਉਂਕਿ ਤੁਸੀਂ ਆ ਚਾ ਜਾ ਮਹਾਰਾਸ਼ਟਰ ਇਹਦੇ ਵਿੱਚੋਂ ਬੀਜੇਪੀ ਨੂੰ ਵੋਟਾਂ ਵੱਧ ਮਿਲੀਆਂ ਹੂੰ ਹੂੰ ਝਾਰਖੰਡ ਵਿੱਚ ਬੀਜੇਪੀ ਨੂੰ ਵੋਟਾਂ ਵੱਧ ਮਿਲੀਆਂ ਤੇ ਲਗਾ ਸਰਕਾਰ ਫੇਰ ਨਹੀਂ ਬਣਾ ਸਕੀ ਨਹੀਂ ਬਣਾ ਸਕੀ ਇਸੇ ਤਰ੍ਹਾਂ ਇਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਸੱਧਿਆ ਰੱਖਿਆ ਐਕਸਪਰਟ ਹੈ ਉਹ ਬੰਦਾ ਬੜੇ ਦੇ ਦਿੰਦਾ ਪੁਸ਼ ਕਰ ਦਿੰਦਾ ਲੇਕਿਨ ਪ੍ਰੈਕਟੀਕਲੀ ਚੀਜ਼ਾਂ ਕੁਝ ਹੋਰ ਹੁੰਦੀਆਂ ਥੱਲੇ ਕਿਉਂਕਿ ਜਿਹੜੇ ਪੋਲੀਟੀਕਲ ਪਾਰਟੀਆਂ ਬੜੀਆਂ ਘਾਕ ਲੀਡਰਸ਼ਿਪ ਹੈ ਇਹਨਾਂ ਨੇ ਜਿਹੜੇ ਲਾਇਸੈਂਸ ਕੀਤੇ ਨੇ ਬੀਜੇਪੀ ਨੇ ਵੀ ਅਲਾਈਅੰਸਸ ਕੀਤੇ ਆ ਜਨਤਾ ਜਨਤਾ ਦਾ ਲਦੂ ਜੀਆਂ ਤੇ ਜੀਆਂ ਉਹ ਤੋਂ ਕਾਂਗਰਸ ਨੇ ਵੀ ਇੱਕ ਦੋ ਪਾਰਟੀਆਂ ਨੇ ਕੀਤੇ ਆ ਤੇ ਉਹਦੇ ਵਿੱਚ ਜਦੋਂ ਇਹ ਸੋਸ਼ਲ ਇੰਜੀਨੀਅਰਿੰਗ ਇਕੱਠੀ ਹੁੰਦੀ ਹੈ ਨਾ ਉਹ ਕੇਜਰੀਵਾਲ ਨੂੰ ਬੜੇ ਉਹਦੇ ਚ ਹੋਣ ਦੀ ਜ਼ਰੂਰਤ ਆ ਕੌਂਸ਼ੀਅਸ ਜਾਂ ਜਾਗਰੂਣ ਦੀ ਲੋੜ ਹੈ ਫਿਰ ਇਸ ਵਾਰ ਉਹਦੇ ਨਾਲ ਟੀਮ ਨਹੀਂ ਹੈਗੀ ਪੂਰੀ ਜਿਹੜਾ ਜਗਿੰਦਰ ਯਾਦਵ ਸੀ ਜਾਪੂਸ਼ ਜੀ ਪਰ ਫੈਮਿਲੀ ਹੈ ਜਾਂ ਫੈਸਲ ਨੰਦ ਸ਼ਰਮਾ ਆਨੰਦ ਸੀ ਇੱਕੜੀ ਅੱਛੇ ਅੱਛੇ ਟੈਲੀਗਨ ਬੰਦੇ ਸੀ ਇੱਕ ਹੀ ਵਿਸ਼ਵਾਸ ਕੁਮਾਰ ਵਿਸ਼ਵਾਸ ਵੀ ਨਹੀਂ ਹੈਗਾ ਕੁਮਾਰ ਵਿਸ਼ਵਾਸ ਨਿਕਲ ਗਿਆ ਉਹ ਵੀ ਨਹੀਂ ਸੁਣਿਆ ਪਹਿਲਾਂ ਸੁਣਿਆ ਵੀ ਉਹ ਭਾਜਪੀ ਦੇ ਇਹ ਟਿਕਟ ਤੇ ਲੜਨ ਲੱਗਾ ਖਿਆਰ ਸਿਆਣਾ ਨਿਕਲਿਆ ਤੇ ਉਹਨਾਂ ਚੀਜ਼ਾਂ ਤੋਂ ਕੇਜਰੀਵਾਲ ਨੂੰ ਉਹ ਵੀ ਕਿਉਂਕਿ ਏਡੇ ਓਵਰ ਕੰਫੀਡੈਂਸ 'ਚ ਨਾ ਰਵੇ ਤੇ ਉਹ ਬਚਨ ਦੀ ਲੋੜ ਹੈ ਉਹਦਾ ਕਾਲੀਆਂ ਦੀ ਗੱਲ ਹੈ ਨਾ ਉਹ ਨੋਮਾ ਦਾ ਰਿਸਟਾ ਉਹਦੇ ਟੁੱਟਣਾ ਹੀ ਟੁੱਟਣਾ ਹੀ ਨਾ ਟੁੱਟਦਾ ਹੀ ਜੁੜਦਾ ਵੱਡਾ ਹੋ ਜਾਏ ਜਦੋਂ ਨਾ ਸੰਭੀਏ ਤੇ ਨੰਬਰ 1 ਨੰਬਰ 2 ਉਹਨਾਂ ਦੀ ਇਲੈਕਸ਼ਨ ਇਹ ਨਹੀਂ ਹੈਡੈਕ ਹਮ ਪੰਥ ਉਹਨਾਂ ਨੇ ਪੰਥਕ ਏਜੰਡਾ ਖੇਡਣਾ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਇਸਦੇ ਬਾਅਦ ਧੜੇ ਦੇ ਤੇ ਪੱਲੇ ਕੁਝ ਨਹੀਂ ਰਹਿ ਗਿਆ ਉਨੇ ਪੰਜਾਜ ਪੋਲਟਿਕਸ ਕਿਡਣੀ ਯੂਪੀ ਸੌਰੀ ਹਰਿਆਣਾ 'ਚ ਲੜ ਕੇ ਵੇਖ ਲਈ ਇਲੈਕਸ਼ਨ ਵੇਖ ਲਈ ਉਹਨੇ ਬਿਲਕੁਲ ਜਾਈਏ ਕੋਈ ਵੀ ਸੀਟ ਨਹੀਂ ਆਈ ਦਿੱਲੀ 'ਚ ਉਹਨਾਂ ਨੂੰ ਪੀਜਪੀ ਨਾਲ ਕੋਈ ਗੱਲ ਬਣੀ ਨਹੀਂ ਉਹ ਚਾਹੁੰਦੇ ਵੀ ਨਹੀਂ ਸਨ ਕਿਉਂਕਿ ਜਿੰਨੀ ਲੀਡਰਸ਼ਿਪ ਕਾਲੀ ਲੀਡਰਸ਼ਿਪ ਦੁੱਜੀ ਹੈ ਢੀਂਡ ਸਾਹਿਬ ਵਗੈਰਾ ਸਾਰੇ ਉਹ ਸਾਰੇ ਦਿੱਲੀ 'ਚ ਇਕੱਠੇ ਹੋ ਗਏ ਹਮ ਅਸਲੀ ਮਕਸਦ ਇਹਨਾਂ ਦਾ ਐਸਜੀਪੀਸੀ ਲੜਨ ਦਾ ਠੀਕ ਜੇ ਅਸੀਂ ਮਤਲਬ ਇੱਥੋਂ ਹਾਰ ਗਏ ਤੇ ਸਾਨੂੰ ਬੜਾ ਬੁਰਾ ਅਸਰ ਪੈਣਾ ਐਸਜੀਪੀਸੀ ਉੱਤੇ ਦਿੱਲੀ ਦੀ ਤੇ ਦਿੱਲੀ ਦਾ ਮੇਨ ਮਕਸਦ ਇਹ ਆ ਤੇ ਉਹਨਾਂ ਨੇ ਚਲਾਕੀ ਇਹ ਕੀਤੀ ਵੀ ਬਜਾਏ ਆਪ ਸਟੇਟਮੈਂਟ ਦੇਣ ਦੇ ਉਹ ਕਹਿੰਦੇ ਜਿਹੜੀ ਲੋਕਲ ਯੂਨਿਟ ਆ ਉਹ ਫੈਸਲਾ ਕਰ ਲਵੇ ਜੋ ਕਰਨਾ ਉਹਨਾਂ ਨੇ ਉੱਤੇ ਸੁੱਟਦੀ ਸਾਢੇ ਦਿਨ ਵੀ ਅਸੀਂ ਤੇ ਸੁਣਿਆ ਕਿ ਆਏ ਤੇ ਜੋ ਲੋਕਲ ਯੂਨਿਟ ਉਹਨਾਂ ਨਹੀਂ ਮੰਨੇ ਤੇ ਸਾਡਾ ਕੀ ਕਸੂਰ ਹੈ ਨਹੀਂ ਇਹਨਾਂ ਦੀ ਮਿਨਿਸਟਰ ਜੋ ਹੈ ਉੱਥੇ મોદી ਸਰਕਾਰ ਹੁਣ ਗੱਲ ਦੇ ਆ ਗਈ ਹੁਣ ਸੱਪ ਦੇ ਮੂੰਹ ਚ ਗੋੜ ਗਿਰ ਲਈ ਹੈ ਜਿਹੜਾ ਲਾਲਚ ਆ ਕਿਉਂਕਿ ਜਿਹੜੇ ਲੋਕ ਨੇ ਇੱਕ ਕੱਲ ਮੈਂ RAMU ਵਾਲੀ ਇਹ ਸੁਣਦਿਆ ਸੀ ਗੱਲ ਆਂਦਾ ਜੀ ਮੈਂ ਫੂਡ ਸਪਲਾਈ ਮਿਸਟਰੀ ਹੁੰਦਾ ਮੇਰੇ ਕੋਲ 7 ਮਿਸਟਰੀਆਂ ਹੁੰਦੀਆਂ ਇਹ ਫੂਡ ਪ੍ਰੋਸੈਸਿੰਗ ਇੱਕ ਛੋਟੀ ਜੀ ਮਿਸਟਰੀ ਹੀ ਵਿੱਚ ਉਹਦੇ ਮੈਂ ਮੀਟਿੰਗ ਨਹੀਂ ਅਟੈਂਡ ਕਰਦਾ ਹੁੰਦਾ ਇਹਦਾ ਮਤਲਬ ਛੋਟੀ ਜੀ ਮਿਸਟਰੀ ਨਾਲ ਦਿੱਤੀ ਕੋਈ ਏਡੀ ਪਾਡਸ ਨਹੀਂ ਦਿੱਤੀ ਇਹਨਾਂ ਦਾ ਭਾਅ ਇਹਨਾਂ ਨੂੰ ਕਿਹਦੇ ਕੱਟ ਦਿੱਤਾ ਮਰਮੂ ਵਾਲੇ ਦੀ ਵੜੜਾ ਵੜੜਾਂ ਦੇ ਵਿੱਚ ਤੇ ਇਹਦਾ ਮਤਲਬ ਇਹ ਆ ਵੀ ਇਹ ਚਾਹੁੰਦੇ ਨੇ ਕਿ ਮੈਂ ਕਿਸੇ ਤਰੀਕੇ ਨਾਲ ਇਸ਼ੂ ਬਣਾ ਲਈਏ ਬਣਾ ਕੇ ਤੇ ਅਸੀਂ ਲੋਕਾਂ ਦੇ ਸਿੰਮਤੀ ਖਿੱਚ ਲਈਏ ਸਿੱਖ ਇਸ਼ੂ ਬਣਾ ਲਈਏ ਔਰ ਅਸੀਂ ਜਿਤਨਾ OC ਜੇ ਸੀਏ ਦੇ ਬਿੱਲ ਦਾ ਵਿਰੋਧਤਾ ਕਰਨੀ ਤੇ ਉਹ ਵਿਰੋਧਤਾ ਕਰਦੇ ਉੱਥੇ ਹੀ ਪਾਰਲੀਮੈਂਟ ਜੀ ਤੁਸੀਂ ਤੁਸੀਂ ਵੀ ਮਿਨੋਰਿਟੀ ਦੇ ਵਿੱਚ ਦੇ ਪੰਥ ਜਿਹੜੀ ਸਿੱਖੋਂ ਮਿਨੋਰਿਟੀ ਜੇ ਦੀ ਮਨੋਟਿਕ ਨਕ ਦਿਨ ਬੋਲਦਾ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਅਮੈਂਡਮੈਂਟ ਵਿੱਚ ਕਰੋ ਔਰ ਇਹਦੇ ਵਿੱਚ ਜਿਹੜੀ ਤੁਸੀਂ ਮੁਸਲਮ ਕਮਿਊਨਿਟੀ ਨੂੰ ਬਾਹਰ ਰੱਖਿਆ ਹੋਇਆ ਇਹਨਾਂ ਨੂੰ ਵੀ ਵਿੱਚ ਪਾਓ ਪਰ ਕਿਹਾ ਸੀ ਪਰ ਉਹ ਕਹਿੰਦੇ ਜੇ ਤੁਸੀਂ ਕਈ ਪਾਉਂਦੇ ਜੇ ਤੁਹਾਨੂੰ ਵੋਟ ਪਾਉਂਗੇ ਨਹੀਂ ਪਾਉਂਦੇ ਹਾਂ ਉੱਥੇ ਨਹੀਂ ਨਾ ਹਾਂਜੀ ਉੱਥੇ ਆਈ ਨਹੀਂ ਐਵੇਂ ਡਿਪਲੋਮੇਸੀ ਲੋਕਾਂ ਨੂੰ ਬੇਕੂਫ ਬਣਾਉਣ ਦੀ ਗੱਲ ਗੱਲ ਕੋਸ਼ਿਸ਼ ਅੱਛਾ ਜੀ ਇਹ ਤੁਹਾਨੂੰ ਕਿਹਾ ਹੁਣ ਫਿਰ ਤੁਸੀਂ ਬੀਬੀ ਨੂੰ ਅਸਤੀਫਾ ਦਿਵਾ ਲਓ ਉਹ ਵੀ ਨਹੀਂ ਕਰਨਾ ਕਿਉਂਕਿ ਆਪਣੇ ਪਾਪ ਕੰਮਦੇ ਆ ਆਪਣੀਆਂ ਫੈਸਲਾ ਕੰਮਦੀਆਂ ਨੇ ਜੋ ਕੀਤਾ ਨਗਰਦੂਤਾਂ ਉਹਨਾਂ ਛਾਟੇ ਇ ਕਿਰ ਲੈਣਾ ਜੀਜੇਸ ਵਾਲੇ ਨੂੰ ਵੀ ਆ ਜਾ ਉਹ ਵੀ ਧਰਦੇ ਆ ਵੀ ਇਹ ਕੀਤਾ ਜੋ ਕੁਝ ਕਰਦੇ ਰੇ ਪੰਜਾਬ ਦੇ ਜੋ ਪੰਜਾਬ ਨੂੰ ਘਾਣ ਮਾਰਿਆ ਲੁੱਟਿਆ ਕਿਸ ਕੁੱਟਿਆ ਉਹਦੀਆਂ ਸਾਰੀਆਂ ਫਾਈਲਾਂ ਸਾਡੀਆਂ ਬਾਹਰ ਆ ਜਣੀ ਐ ਵੀ ਸਟੇਟ ਗਵਰਨਰ ਮੇਰਾ ਹੋਸਦਾ ਚੀਫ ਮਿਨਿਸਟਰ ਵੀ ਇਸੇ ਕਾ ਚੁੱਪਿਆ ਵੀ ਸੈਂਟਰ ਗਵਰਨਮੈਂਟ ਦਾ ਦਬਾਅ ਹੋਵੇ ਤੇ ਵੀ ਇਹ ਯਾਰ ਇਹਨਾਂ ਦੇ ਕੋਈ ਐਕਸ਼ਨ ਨਹੀਂ ਲੈਣਾ ਸਾਡੇ ਭਾਈਵਾਲ ਨੇ ਤੇ ਇਸ ਕਰਕੇ ਉਹ ਵੀ ਤਗੜਾ ਹੋ ਜੇ ਲੇਕਿਨ ਜਿਹੜੀ ਗੱਲ ਸ਼ਖਬੀਰ ਬਾਦਲ ਆਪਣੀ ਜਿਹੜੀ ਚੀਜ਼ ਗਵਾ ਬੈਠਾ ਰਾਂ ਉਹਨੂੰ ਮਿਲ ਨਹੀਂ ਲੋਕ ਜਾਗਰਤ ਹੋ ਗਏ ਲੋਕ ਜਾਗਰਤ ਹੋ ਗਿਆ ਉਹ ਚੀਜ਼ ਜਿੰਨਾ ਮਰਜੀ ਕੋਈ ਟੈਕਟਿਕਸ ਯੂਜ਼ ਕਰ ਲਵੇ ਲੇਕਿਨ ਟੈਕਟਿਕਸ ਪ੍ਰੈਕਟੀਕਲ ਦਿਸਣੇ ਚਾਹੀਦੇ ਨਹੀਂ ਸ਼ਰਮਾ ਜੀ ਲੋਕਾਂ ਦੀ ਤੈਸ਼ੀ ਦਿਸਣਾ ਜਿਹੜਾ ਲੋਕਾਂ ਦਾ ਉਹ ਬਾਰੋਬਾਰੀ ਜਿਹੜਾ ਨਾ ਚੀਜ਼ ਨਾ ਜੀ ਸ਼ਰਮਾ ਜੀ ਮੈਂ ਫੀਲ ਕਰਦਾ ਹੈਗਾ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਹੈਗਾ ਦੇਖੋ ਇਹ ਚ ਕੋਈ ਸ਼ੱਕ ਨਹੀਂ ਕਿ ਭਾਵੇਂ ਉਹ ਰਾਜ ਸਰਕਾਰ ਹੈ ਭਾਵੇਂ ਸੈਂਟਰਲ ਗਵਰਨਮੈਂਟ ਹੈ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਸਰਕਾਰਾਂ ਤੇ ਘਟੀ ਜਾ ਰਿਹਾ ਘਟੀ ਜਾ ਰਿਹਾ ਉਹਨਾਂ ਤੇ ਜਿਹੜਾ ਟਰਸਟ ਪਹਿਲਾਂ ਸੀ ਜਦੋਂ ਪਾਵਰ ਚ ਆਏ ਸੀ ਉਹ ਹੁਣ ਜਿਹੜਾ ਟਰਸਟ ਵਾਲਾ ਜਿਹੜਾ ਲੈਵਲ ਹੈ ਥੱਲੇ ਨੂੰ ਜਾ ਰਿਹਾ। ਉਹਦੇ ਨਾ ਚੇਹੇ ਹੈ। ਪਰ ਪਰ ਸ਼ਰਮਾ ਜਿਹੜੀ ਮੁਸੀਬਤ ਪੈ ਰਹੀ ਹੈ ਨਾਲ ਲੋਕ ਜਿਹੜੇ ਫੀਲ ਕਰਦੇ ਹਨ ਉਹ ਕਹਿੰਦੇ ਕਿ ਦੇਖੋ ਅਸੀਂ ਕਹਿੰਦੇ ਕਿ ਇਹ ਸਰਕਾਰ ਚੰਗੀ ਨਹੀਂ ਇਹਨੂੰ ਬਦਲ ਦਿਓ ਨਵੀਂ ਆ ਜਾਓ ਉਹ 6 ਮਹੀਨੇ ਬਾਅਦ ਉਹਦਾ ਵੀ ਉਹੀ ਹਾਲ ਹੋ ਜਾਂਦਾ। ਬਿਨਾਂ ਕੋਲਣਾ ਮੈਂ ਤੁਹਾਡਾ ਨਾ ਹੈ ਤੁਹਾਡਾ ਐਗਰੀ ਹੈ ਮੈਂ ਦੇਖੋ ਆਮ ਪਾਰਟੀ ਇੱਕ ਬਦਲਾਅ ਬਣ ਕੇ ਨਿਕਲੀ ਸੀ ਹਾਂਜੀ ਹਾਂਜੀ ਕੇਜਰੀਵਾਲ ਉਹਨੇ ਬੰਦੇ ਵੀ ਚੰਗੇ ਲਿਆਂਦੇ ਸੀ ਬਿਲਕੁਲ ਹੁਣ 50 ਵਿੱਚ ਆਏ ਜਿਹੜਾ 50 ਵਿੱਚ ਫਿਰ ਵੀ ਉਹ 22 ਸੀਟਾਂ ਲੈ ਗਏ ਆਪਣੀ ਗਲਤੀਆਂ ਦੀ ਵਜ੍ਹਾ ਨਾਲ ਉਹ ਸਰਕਾਰ ਨਹੀਂ ਬਣਾ ਸਕੇ ਨਹੀਂ ਬਣਾ ਆਪਣੀ ਬੇਕੁਫੀਆਂ ਦੀ ਵਜ੍ਹਾ ਨਾਲ ਅਦਰਵਾਈਜ਼ ਆਪ ਦੀ ਸਰਕਾਰ ਪੰਜਾਬ ਚ ਵੀ ਬਣ ਜਣੀ ਸੀ ਫਿਰ ਜਿਹੜੀਆਂ ਕਿਹੜੀਆਂ ਦੂਜੀਆਂ ਪਾਰਟੀਆਂ ਦੱਸਿਆ ਨਾ ਕਿ ਕਾਂਗਰਸ ਤੇ ਕਾਲੀ ਕਹਾਕ ਪਾਰਟੀਆਂ ਨੇ ਭਾਜਪਾ ਕਹਾਕ ਪਾਰਟੀ ਹੈ ਉਹਨਾਂ ਨੇ ਐਸਾ ਆਖਰ ਦੇ ਹਥਿਆਰ ਵਰਤਿਆ ਵੀ ਇਹ ਤਿੰਨ ਆਤੇ ਰਹਿ ਗਏ 20 ਆਤੇ ਰਹਿ ਗਏ ਉਹ ਫਿਰ ਫਿਰ ਹੋਊਗੀ ਫਿਰ ਉਹ ਕਰਦੀ ਇਦਾਂ ਹੀ ਦਿੱਲੀ 'ਚ ਵੀ ਹੋ ਸਕਦਾ ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਕਿ ਅਗਰ ਕੇਜਰੀਵਾਲ ਆਪਣੇ ਡਵੈਲਪਮੈਂਟ ਦੇ ਇਸ਼ੂ ਦੇ ਵਿਕਾਸ ਦੇ ਇਸ਼ੂ ਤੇ ਉਹਨੇ ਪੋਲੀਟਿਕਲ ਇਸ਼ੂ ਨਹੀਂ ਲਿਆ ਕੋਈ ਧਾਰਮਿਕ ਇਸ਼ੂ ਕੋਈ ਨਹੀਂ ਲਿਆ ਉਹਦੇ ਆਪਣੀ ਲਿਮਿਟੇਸ਼ਨ 'ਚ ਰਿਹਾ ਜਿੱਦੇ ਅਦਰਵਾਈਜ਼ ਲੋਕਾਂ ਦਾ ਸੋਸ਼ਲ ਉਹ ਇਹ ਮਜਬੂਰ ਕਰਦਾ ਬੀਜੇਪੀ ਨੂੰ ਵੀ ਵੀ ਉਹ ਵੀ ਉਹ ਦਿੱਲੀ 'ਚ ਇਹ ਇਸ਼ੂ ਨਹੀਂ ਲੈ ਪਾਰ ਰਿਹਾ ਤੇ ਅਗਰ ਉਹ ਇਹ ਚੀਜ਼ ਤੇ ਲੋਕਾਂ ਨੇ ਉਹਦੀ ਆਨ ਕਰ ਲਿਆ ਉਹਨੂੰ ਉਦੋਂ ਕੀ ਹੈ ਕਿ ਹੁਣ ਜਦੋਂ ਵੀ ਅਕਾਲੀ ਦਲ ਚਲਾ ਗਿਆ ਬਾਹਰ ਉਹ ਸਿੱਖ ਵੋਟ ਜਿਹੜੀ ਹੈ ਨਾ ਉਹ ਵੀ ਆਮ ਪਾਰਟੀ ਵੱਲ ਕਾਫੀ ਕਨਵਰਟ ਹੋ ਸਕਦੀ ਹੈ ਇੱਕ কমিਟਿਡ ਵੋਟ ਵੀ ਹੈ ਉਹਦਾ ਵੀ ਉਹਨੂੰ ਕੇਦਰੀਵਾਲ ਨੂੰ ਫਾਇਦਾ ਹੈਗਾ ਤੇ ਇਹ ਜੁੜਤੇ ਗਈ ਹੈ ਇਸ ਲਈ ਕੇਦਰੀਵਾਲ ਨੂੰ ਬੜੇ ਸੰਭਲ ਕੇ ਚੱਲਣ ਦੀ ਓਵਰ ਕੌਨਫੀਡੈਂਸ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਜੇ ਤੁਸੀਂ ਆਲਟਰੇਟੋ ਦੀ ਗੱਲ ਕੀਤੀ ਨਾ ਅਗਰ ਉਹ ਇਹ ਜਿੱਤ ਲਿੰਦਾ ਦਿੱਲੀ ਦੁਬਾਰਾ ਔਰ ਅਸ ਐਬਸੋਲਿਊਟ ਮੈਜੋਰਟੀ ਜਿੱਤ ਜਾਂਦਾ 50 ਤੋਂ 60 ਸੀਟਾਂ ਲੈ ਜਾਂਦਾ ਜਿੱਦਾਂ ਦੱਸਣ ਦੇ ਨੇ ਲੋਕ ਤਾਂ ਕਹਿੰਦੇ 65 ਸੀਟਾਂ ਲੈ ਜਾਣੀਆਂ ਅਗਰ 65 ਲੈਦੇ ਫਿਰ ਤੇ ਮਿਰਕਲ ਹੋ ਜਾਂਦਾ ਦੁਬਾਰਾ ਹਾਂਜੀ ਅਗਰ ਉਹ 60 ਵੀ ਲੈ ਜਾਂਦਾ 55 ਵੀ ਲੈ ਜਾਂਦਾ ਫਿਰ ਵੀ ਮੈਂ ਸਮਝਦਾ ਉਹਦੀ ਜਿੱਤ ਐ ਅਗਰ ਉਹ ਜਿਹੜੀ ਜਿੱਤ ਜਿਹੜੀ ਹੁਣੀ ਆ ਨਾ ਕੇਜਰੀਵਾਲ ਦੀ ਆਉਣ ਵਾਲਾ ਹਿੰਦੁਸਤਾਨ ਦੇ ਭਵਿੱਖ ਵਾਸਤੇ ਆਉਣ ਭਵਿੱਖ ਦੀ ਰਾਜਨੀਤੀ ਵਾਸਤੇ ਬਹੁਤ ਵਧੀਆ ਇੱਕ ਸਿੰਗਲਰ ਹੋਣਾ ਕਿਉਂਕਿ ਇਹਦਾ ਚਾ ਕਿਉਂਕਿ ਇਲੈਕਸ਼ਨ ਆ ਰਿਹਾ ਹੈ ਅੱਛੀ ਪ੍ਰਤੀਕ ਇਕਨੋਮਿਕ ਪ੍ਰਤੀਕ ਹੋਏਗਾ ਵਿਕਾਸ ਦਾ ਪ੍ਰਤੀਕ ਹੋਏਗਾ ਔਰ ਪੰਜਾਬ ਹੋਰਦੋਂ ਦੋ ਸਾਲ ਦੇ ਐਵੇਂ ਲੰਘ ਜਾਨੇ ਆ ਫਿਰ ਪੰਜਾਬ ਚ ਵੀ ਅਨੁਆਪ ਵਾਲਿਆਂ ਨੂੰ ਬੈਨੀਫਿਟ ਹੋਣ ਦੀ ਉਮੀਦ ਹੈਗੀ ਆ ਕਿ ਉਸੇ ਮਾਡਲ ਦੇ ਉੱਤੇ ਉਸੇ ਮਾਡਲ ਦੇ ਪੰਜਾਬ ਵਾਪਸ ਹੋਣਗੇ ਲੀਡਰਸ਼ਿਪ ਚੰਗੀ ਡਿਵੈਲਪ ਕਰਨਗੇ ਮਾਸਟਰਸ ਦੇ ਵਿੱਚ ਜਾਣਗੇ ਔਰ ਨਾ ਸਟੇਟਾਂ ਚ ਜਾਣਗੇ ਉਹਦੇ ਨਾਲ ਇੱਕ ਹਿੰਦੁਸਤਾਨ ਦੀ ਸਿਆਸਤ ਨੂੰ ਵੀ ਇੱਕ ਨਵੀਂ ਇੱਕ ਉਮੀਦ ਦੀ تیرਣ ਹੈਗੀ ਆ ਅਗਰ ਲੋਕ ਸਿਆਣੇ ਹੁੰਦੇ ਆ ਅਗਰ ਇਹ ਕੇਜਰੀਵਾ ਸਾਹਿਬ ਇਹਨਾਂ ਦੀ ਘਾਹਕ ਪਾਰਟੀਆਂ ਦੇ ਟੈਕਟਿਕਸ ਨੂੰ ਸਮਝ ਕੇ ਤੇ ਉਹਨਾਂ ਦਾ ਬਚਾਅ ਕਰ ਸਕਦੇ ਉਹਨਾਂ ਤੋਂ ਪਰ ਉਹਨਾਂ ਦੀ ਚਾਲ ਨੂੰ ਉਲਟਾ ਪਾਦਨ ਕਿਉਂਕਿ ਉਹਨਾਂ ਕੋਲ ਮਸ਼ੀਨਰੀ ਹੈ ਮੰਤਰੀ ਨੇ ਐਮਪੀ ਨੇ ਉਹ ਸਾਰੇ ਇੱਕ ਇੱਕ ਇਲਾਕੇ ਨੂੰ ਘੇਰ ਸਕਦੇ ਆ ਤੇ ਮੈਨਿਪੂਲੇਸ਼ਨ ਵੀ ਕਰ ਸਕਦੇ ਵੋਟਾਂ ਦੀ ਜੇ ਮਸ਼ੀਨਾਂ ਦਾ ਜਿਹੜਾ ਡਾਊਟ ਪੇਰ ਅਕਰੀਡ ਕੀਤਾ ਸਾਬਤ ਨਹੀਂ ਹੋਇਆ ਅਜੇ ਤੱਕ ਲੇਕਿਨ ਉਹ ਵੀ ਕ੍ਰੀਡ ਕੀਤਾ ਜਾਂਦਾ ਡਾਊਟ ਉਦੇ ਵੀ ਉਹਨੂੰ ਵੀ ਇਹ ਵਿਜੀਲੈਂਟ ਹੋ ਸਕਦੇ ਹੁੰਦੇ ਆ ਤੇ ਮੈਂ ਸਮਝਦਾ ਵੀ ਇੱਕ ਨਵੀਂ ਸਿਹਤ ਜਿਹੜੀ ਹੈ ਨਾ ਹਿੰਦੁਸਤਾਨ ਦੀ ਸਿਆਸਤ ਦਾ ਤੁਹਾਡੇ ਜਵਾਬ ਸਵਾਲ ਦਾ ਜਵਾਬ ਇਹ ਮਿਲ ਸਕਦੀ ਹੈ ਤੇ ਇਸ ਕਰਕੇ ਅਸੀਂ ਉਮੀਦ ਕਰਦੇ ਆਂ ਤੇ ਲੋਕ ਚੰਗਾ ਸੋਚਣਗੇ ਵਿਕਾਸ ਵੱਲ ਗੱਲ ਸੋਚਣਗੇ ਚਲੋ ਹੁਣ ਤੇ ਆ ਗਏ 8 ਤਰੀਕ ਨੂੰ ਫਰਵਰੀ ਨੂੰ ਇਲੈਕਸ਼ਨਸ ਆ ਗਈਆਂ ਹਨ ਤੇ ਦੇਖੋ ਉੱਥੇ ਕੀ ਨਿਕਲਦਾ ਹੈ ਮੈਂ ਡਾਇਰੈਕਟਰ ਸਾਹਿਬ ਇਸ਼ਾਰਾ ਕਰ ਰਹੇ ਆਂ ਅੱਛਾ ਜੀ ਤੇ ਆਪਾਂ ਅਮੀਰ ਕਰੀਏ ਕਿ ਮੋਦੀ ਸਾਹਿਬ ਨੂੰ ਵੀ ਬੇਨਤੀ ਕਰੀਏ ਪੀ ਲੋਕਾਂ ਨਾਲ ਗੱਲ ਕਰੋ ਮੇ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਹੈ ਸੰਵਾਦ ਪੈਦਾ ਕਰੋ ਬਿਲਕੁਲ ਠੀਕ ਹੈ ਜੀ ਤਾਂ ਕਿ ਜੋ ਦੇਸ਼ ਵੀ ਹੋ ਸੰਸਾਰ ਵੀ ਵੇਖ ਰਿਹਾ ਤੁਹਾਡੇ ਵੱਲ ਤੁਹਾਡੀ ਸਟੇਟਮੈਂਟਸ਼ਿਪ ਵੱਲ ਬਿਲਕੁਲ ਠੀਕ ਹੈ ਅਸੀਂ ਲੋਕ ਵੀ ਵੇਖ ਰਹੇ ਆਂ ਵਿਦੇਸ਼ਾਂ 'ਚ ਬੈਠੇ ਵੀ ਤੁਹਾਡੀ ਸਰਕਾਰ ਜਾਂ ਤੁਹਾਡਾ ਕੈਰੈਕਟਰ ਕੀ ਹੈ ਉਸ ਕਰਕੇ ਉਮੀਦ ਕਰਦੇ ਆਂ ਵੀ ਹਿੰਦੁਸਤਾਨ ਦੀ ਚੜ੍ਹਦੀ ਕਲਾ ਰਵੇ ਠੀਕ ਹੈ ਜੀ ਲੋਕ ਪਰਫੁੱਲਤ ਹੋਣ ਤਾਰਕ ਤੌਰ ਤੇ ਤਰੱਕੀ ਕਰਨ ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਨਾਲ ਬੇਨਤੀ ਇਹ ਵੀ ਕਰਨੀ ਹੈ ਆਪਣੇ ਸੋਤਿਆਂ ਨੂੰ ਕਿ ਸਾਨੂੰ ਆਪਣੇ ਸੁਝਾਅ ਭੇਜਿਆ ਕਰੋ ਔਰ ਐਡਵਰਟਾਈਜ਼ਮੈਂਟ ਜਿਹੜੇ ਬਿਜ਼ਨਸ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਨੂੰ ਐਡਵਰਟਾਈਜ਼ਮੈਂਟ ਦਿਓ ਤਾਂ ਕਿ ਅਸੀਂ ਹੋਰ ਅੱਛੇ ਪ੍ਰੋਗਰਾਮ ਬਣਾ ਸਕੀਏ ਇਹਨਾਂ ਸ਼ਬਦਾਂ ਨਾਲ ਅਸੀਂ ਅਜਾਜਤ ਮੰਗਦੇ ਹਾਂ ਜੀ ਨਮਸਕਾਰ ਆ ਮੈਂ ਵੀ ਆਪਣੀ ਇੱਕ ਬੇਨਤੀ ਕਰ ਲਾਂ ਕਰ ਲੋ ਕਰੋ ਜਰੂਰ ਕਰੋ ਆ ਭਾਈ ਘਰ ਦੀ ਖਰੀਦੋ ਫਰੋਕਤ ਦੇ ਲਈ ਕੋਈ ਕਿਸੇ ਨੂੰ ਸੇਵਾਵਾਂ ਦੀ ਲੋੜ ਹੋਏ ਤਾਂ ਮੈਨੂੰ ਸੰਪਰਕ ਕਰ ਸਕਦਾ ਹੈਗਾ ਮੈਂ ਟ੍ਰਾਈ ਸਿਟੀ ਪ੍ਰੋਫੈਸ਼ਨਲਜ਼ ਦੇ ਨਾਲ ਕੰਮ ਕਰਦਾ ਤੇ ਮੇਰਾ ਸੈੱਲ ਨੰਬਰ ਹੈਗਾ 6479957391 ਮੈਂ ਦੁਆਰਾ ਦੱਸਦਾ ਨੰਬਰ 647995739 ਇਹਨਾਂ ਸ਼ਬਦਾਂ ਨਾਲ ਯਾਦ ਰੱਖਣਾ ਜੀ ਆਪਣੇ ਆਲਾ ਦਵਾਲਾ ਸਾਫ਼ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ